ਦੇਖੋ ਇਹ ਡਰਾਮੇ ਬਾਜ਼ੀ ਕਰਨ ਦੀਆਂ ਗੱਟੀਆਂ ਨੇ ਲੋਕਾਂ ਨੂੰ ਘਬਰਾਹਤ ਕਰਨ ਵਾਲੀਆਂ ਹੁੰਦੀਆਂ ਐ ਜੇ ਮੈਂ ਕਹਿੰਦੀ ਆ ਵੀ ਤੁਸੀਂ ਕਈ ਵਾਰ ਪਾਰਟੀ ਹੈ ਚਾਹੇ ਉਹ ਜਿਲੰਦਰ ਹੋਵੇ ਚਾਹੇ ਉਹ ਸ਼ਿੰਦਾ ਹੋਵੇ ਔਰ ਇਸ ਤੱਕਰ ਕਦੇ ਇੱਕ ਸੱਚੀ ਨਾਮ ਮਿਲੇ ਤੋ ਰੋਲੇ ਪਾ ਨਹੀਂ ਦੇਖਿਆ ਪਾ ਮਿਲੀ ਵੀ ਟਿਕਟ ਨੂੰ ਥੋੜੀ ਨੂੰ ਕੋਈ ਵਾਪਸ ਕਰਕੇ ਬੰਦਾ ਚਲੇ ਜਾ ਸਾਰੀਆਂ ਪਾਰਟੀਆਂ ਬਦਲਣ ਵਾਲਾ ਜੀ ਤੂੰ ਕਹਿੰਦੇ ਆ ਬਦਲਣ ਵਾਲੇ ਪਾਰਟੀਆਂ ਨੂੰ ਕਹਿੰਦੇ ਦਲ ਬਦਲੋ ਉਸ ਤਰ੍ਹਾਂ ਦੇ ਬੰਦਿਆਂ ਦੇ ਨਾਲ ਤੁਸੀਂ ਆਮ ਆਦਮੀ ਪਾਰਟੀ ਦੇ ਪਿੱਛੇ ਸ਼ੋਰਾ ਮਾਰ ਕੇ ਆਵਾਜ਼ੀ ਪਾਰਟੀ ਦੇਖਦਾ ਰਹੇਗਾ ਕਿ 7 ਸਾਲ ਤੋਂ ਚੱਲੂ 7 ਚੜਾਈ ਰਿਖਿਆ ਅੱਜ ਸਾਡੇ ਚੋਂ ਕੋਈ ਵੀ ਕਾਬਿਲ ਨਹੀਂ ਅਜੋ ਕਾਬਲਾ ਜਿਹੜਾ ਧਨਵਾਨ ਹੈ ਜਿਹਦੇ ਪਾਰਟੀਆਂ ਬਦਲੀਆਂ ਇਹ ਕ੍ਰਾਈਟੇਰੀਆ ਹੈ ਆਪਣੀ ਪਾਰਟੀ ਦਾ ਤੇ ਹੁਣ ਇਹ ਆក្សਾਨ ਅੰਦੋਲਨ ਦੇ ਵਿੱਚ ਸਾਰਾ ਨਾਗਰਿਕ ਕਿਸੀ ਸਮਹਿਤੀਆਂ ਉਹ ਛੱਡ ਕੇ ਪਿੱਛੇ ਸੜਾ ਮਾਰ ਕੇ ਸਭ ਤੋਂ ਵੱਡੇ ਲੋਕੀ ਮੋਦੀ ਦੇ ਨਮਾਇਦੇ ਬਣ ਕੇ ਪੰਜਾਬ ਦੇ ਕਿਸਾਨਾਂ ਦੇ ਜਰਮਾਂ ਤੇ ਨੂਹ ਲਾਉਣ ਵਾਸਤੇ ਕਿ ਮੈਂ ਐਮਐਲਏ ਬਣ ਸਕਾਂ ਜਿਹੜਾ ਕਿ ਤੁਹਾਨੂੰ ਕੋਈ ਸਾਫ਼ ਹੋਣਾ ਕੋਈ ਸ਼ੇਖ ਨਹੀਂ ਮਿਲਦੇ ਪੰਜਾਬ ਚ ਜਿਹਨਾਂ ਆਪਣੀ ਪਾਰਟੀ ਦਾ ਖਾਤਮਾ ਕਰਦੇ ਸੇਕ ਚੈਨਲ ਦੇਖ ਰਹੇ ਸਾਰੇ ਹੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਲਹਿਰਾਗਾਗਾ ਪਹੁੰਚੇ ਹੋਇਆ ਹਾਂ ਲਹਿਰਾਗਾਗਾ ਦੇ ਵਿੱਚ ਲੋਕਾਂ ਨਾਲ ਵੀ ਮਿਲਾਂਗੇ ਉਮੀਦਵਾਰਾਂ ਨਾਲ ਵੀ ਮਿਲਾਂਗੇ ਕੈਂਡੀਡੇਟ ਖੜੇ ਹੋਏ ਨੇ ਚੋਣ ਮੈਦਾਨ ਦੇ ਵਿੱਚ ਉਤਰਨ ਦੇ ਲਈ ਜਦੋ ਜੈ ਜਿਹੜੀ ਆ ਉਹ ਲਗਾਤਾਰ ਜਾਰੀ ਆ ਲੋਕ ਮੁੱਦਿਆਂ ਨੂੰ ਲੈ ਕੇ ਲੋਕਾਂ ਨਾਲ ਵਾਅਦੇ ਜਿਹੜੇ ਆ ਉਹ ਲਗਾਤਾਰ ਕੀਤੇ ਜਾ ਰਹੇ ਨੇ ਲੋਕਾਂ ਦੇ ਮੁੱਦੇ ਹੱਲ ਕਰਨ ਦੇ ਲੋਕਾਂ ਨਾਲ ਗਲਵਤ ਕੀਤੀ ਜਾ ਰਹੀ ਲੋਕਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੋ ਸਾਡੇ ਨਾਲ ਬੀਬੀ ਰਜਿੰਦਰ ਕੌਰ ਪਠੜ ਜੀ ਜੁੜੇ ਹੋਏ ਆ ਅੱਜ ਮਿਲਣਾ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਬੀਬੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਚੈਨਲ ਉੱਤੇ ਜੀ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ ਬੀਬੀ ਜੀ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨਾ ਚਾਹਣਾ ਤੁਹਾਡੀ ਜ਼ਿੰਦਗੀ ਤੋਂ ਸਿਆਸਤ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਸਿਆਸਤ ਵਿੱਚ ਆਏ ਕਿਵੇਂ ਸ਼ੁਰੂਆਤ ਕਿਵੇਂ ਹੋਈ ਜੀ ਤੁਹਾਡੀ ਦੇਖੋ ਮੇਰੀ ਜ਼ਿੰਦਗੀ ਤਾਂ ਆਮ ਜਿਸ ਤਰ੍ਹਾਂ ਘਰਾਂ ਦੀਆਂ ਪਿੰਡੇ ਪਿੰਡੂ ਏਰੀਆ ਰੂਰਲ ਏਰੀਆ ਉਸ ਤਰ੍ਹਾਂ ਦੀਆਂ ਆਮ ਪਰਿਵਾਰਾਂ ਦੇ ਵਿੱਚੋਂ ਆਮ ਲੜਕੀਆਂ ਵੱਲ ਉਸ ਤਰ੍ਹਾਂ ਹੋਈ ਹੈ ਲੇਕਿਨ ਇਹ ਠੀਕ ਹੈ ਕਿ ਸੀ ਜਮਾਂਦਰੂ ਜਿਸ ਤਰ੍ਹਾਂ ਇਸ ਘਰ 'ਚ ਅਸੀਂ ਜੰਮੇ ਪੜੇ ਸਾਡਾ ਸਿੱਖਾਂ ਦਾ ਘਰ ਵਜਦਾ ਸੀ ਤੁਹਾਡਾ ਚੈਨਲ ਦਾ ਨਾਮ ਵੀ ਸਿੱਖ ਚੈਨਲ ਹੈ ਜੀ ਬਿਲਕੁਲ ਸਾਡੇ ਜਿਹੜੇ ਬਾਬਾ ਜੀ ਸੀ ਉਹ ਕਦੇ ਸਾਡੇ ਨੂੰ ਪਲੇਟਾਂ ਪਿਆਲੀਆਂ 'ਚ ਨਹੀਂ ਸੀ ਮੇਰੇ ਪਿਤਾ ਜੀ ਨੂੰ ਚਾਚਾ ਜੀ ਨੂੰ ਚਾਹ ਪਿੰਡ ਦੇ ਲੋਹੇ ਦੇ ਬਾਟੇ ਹੁੰਦੇ ਸੀ ਪੂਰੇ ਪੂਰਨ ਗੁੱਟ ਸਿੱਖ ਸਾਡਾ ਪਿੰਡਾਂ ਦੇ ਵਿੱਚ ਘਰ ਵੀ ਸਿੱਖਾਂ ਦਾ ਘਰ ਸਿੱਖਾਂ ਦਾ ਘਰ ਵਜਦਾ ਰਿਹਾ ਬਾਅਦ 'ਚ ਕਾਲੀਆਂ ਚਾਹ ਫੇ ਕਾਲੀਆਂ ਦਾ ਕਹਿਣ ਲੱਗੇ ਸੋ ਉਸ ਤਰ੍ਹਾਂ ਤੇ ਸਾਡਾ ਸਾਰਾ ਜਮਾਂਦਰੂ ਸਭ ਕੁਝ ਸੀਗਾ ਲੇਕਿਨ ਦੇਸ਼ ਦੀ ਆਜ਼ਾਦੀ ਚ ਮੇਰੇ ਪਿਤਾ ਜੀ ਦੀ ਪੀੜ੍ਹੀ ਨੇ ਮੇਰੇ ਪਿਤਾ ਜੀ ਉਹਨਾਂ ਨੇ ਆਪ ਉਹ ਸਾਰਾ ਕੁਝ ਦੇਸ਼ ਕੌਮ ਦੇ ਲੇਖੇ ਲਾ ਕੇ ਸਾਡੀ ਜ਼ਮੀਨ ਜਾਇਦਾਦ ਗਲਗਲ ਦੇ ਕੱਪੜਿਆਂ ਨਾਲ ਸਾਰ ਬਾਹਰ ਕੱਢਤਾ ਸਾਰਾ ਕੁਝ ਜਿਹੜੀ ਮੂਵੇਬਲ ਜਿਹੜੀ ਪ੍ਰੋਪਰਟੀਜ਼ ਸੀ ਉਹ ਸਾਰੀ ਸਾਡੀ ਜ਼ਬਤ ਕਰ ਲਈ ਗਈ ਜੀ ਜਦੋਂ ਤੋਂ ਦੇਸ਼ ਦੀ ਆਜ਼ਾਦੀ 1919 ਤੋਂ ਲੈ ਕੇ ਆਜ਼ਾਦੀ ਮਿਲਣ ਤੱਕ ਮੇਰੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਜੀ ਚ ਮੇਰੀ ਨਾਨੀ ਮੇਰੇ ਮਾਤਾ ਮੇਰੇ ਪਿਤਾ ਮੇਰੇ ਭਾਈ ਮੇਰੀ ਪੱਡੀ ਭੈਣ ਇਹ ਸਾਰਿਆਂ ਨੇ ਇੰਨੇ ਮੈਂਬਰਾਂ ਨੇ ਜੇਲ੍ਹ ਕੱਟੀ ਦੇਸ਼ ਦੀ ਆਜ਼ਾਦੀ ਲਈ ਸਫਲ ਕਹਿਤਾ ਫਿਰ ਇਸੇ ਤਰ੍ਹਾਂ ਨਾਲ ਸਾਡਾ ਜਦੋਂ ਆ ਦੇਸ਼ ਭਗਤੀ ਚ ਪੈ ਗਈ ਸਾਡੇ ਮਾਪੇ ਤੇ ਸਾਡਾ ਉਹ ਬਚਪਨ ਤੋਂ ਲੈ ਕੇ ਕਾਲਜ ਟਾਈਮ ਤੱਕ ਦੀਆਂ ਸਾਡੀਆਂ ਜ਼ਿੰਦਗੀਆਂ ਇੱਕ ਖਾਨਾ ਬਦੋਸ਼ਾਂ ਦੇ ਬੱਚਿਆਂ ਦੀ ਤਰ੍ਹਾਂ ਹੀ ਪੜੀਆਂ ਨੇ ਉਸ ਤਰ੍ਹਾਂ ਹੀ ਇਸੀ ਮੁਸ਼ਕਲਾਂ ਨਾਲ ਅ ਕਈ ਮੈਂ ਨੋਟ ਲੈ ਕੇ ਪੜ੍ਹ ਲਏ ਕੁਛ ਲੈ ਕੇ ਪੜ੍ਹ ਲਏ ਸਧਾਰਨ ਤੌਰ ਤੇ ਆਮ ਕੱਪੜਿਆਂ ਦੇ ਵਿੱਚ ਉਹ ਜ਼ਿੰਦਗੀ ਸਾਡੀ ਉਸ ਤਰ੍ਹਾਂ ਸੀ ਮੈਂ ਵੀ ਇੱਕ ਆਮ ਪਿੰਡ ਦੇ ਜੰਮੀ ਲੜਕੀ ਸੀ ਮੇਰੇ ਨਾਲ ਦੀਆਂ ਸਹੇਲੀਆਂ ਜਿਸ ਤਰ੍ਹਾਂ ਚੰਗੀ ਚੰਗੀ ਜ਼ਿੰਦਗੀ ਜਿਉਂਦੀਆਂ ਸੀ ਮੇਰੇ ਵੀ ਉਚਾਅ ਸੀ ਸਦਰਾ ਸੀ ਜੀ ਲੇਕਿਨ ਮੈਂ ਮੇਰਾ ਹਾਲਾਤ ਮੇਰੇ ਅਫੋਰਡ ਨਹੀਂ ਕਰਦਾ ਸੀ ਸਾਡੀ ਬਾਹ ਨੇ ਕਿਉਂਕਿ ਉਹ ਅਨਪੜ੍ਹ ਸੀ ਜੇਲ ਤੋਂ ਸੀ ਕਲਾਸ ਮਿਲਦੀ ਸੀ ਅਨਪੜ੍ਹ ਹੋਣ ਕਰਕੇ ਉਹਨੇ ਔਖਾ ਸਖਾ ਲੈ ਕੇ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਫਿਰ ਸਾਡਾ ਥੇ ਹੋਏ ਘਰਾਂ ਨੂੰ ਉਹ ਜਿਹੜਾ ਘਰ ਬਣਾਉਣ ਤੇ ਸਮਾਜਿਕ ਤੇ ਪਰਿਵਾਰਕ ਜ਼ਿੰਦਗੀ 'ਚ ਆਪਣੀ ਉਹ ਲੜਾਈ ਲੜ ਕੇ ਸਾਨੂੰ ਉਹਨਾਂ ਨੇ ਪੜਾਇਆ ਤੇ ਅਸੀਂ ਪੜ ਲਏ ਲੇਕਿਨ ਇਸ ਤਰ੍ਹਾਂ ਦੇ ਨਾਲ ਹੀ ਕਿ ਕਿਸੇ ਤੋਂ ਕਿਤਾਬ ਮੰਗ ਕੇ ਕਿਸੇ ਤੋਂ ਕੁਝ ਮੰਗ ਕੇ ਇਹ ਚੀਜ਼ਾਂ ਪੜੀਆਂ ਸੋ ਇਹ ਸਾਰੀ ਗੱਲ ਵਿੱਚ ਸਿਆਸਤ 'ਚ ਬਿਨ ਪਾਉਣ ਦਾ ਫੈਸਲਾ ਜਦੋਂ ਆਇਆ ਮੇਰਾ ਫੈਸਲਾ ਨਹੀਂ ਸੀ ਇਹ ਫੈਸਲਾ ਮੇਰੇ ਪਿਤਾ ਜੀ ਦਾ ਸੀ ਤੇ ਪਾਰਟੀ ਉਸ ਵਕਤ ਅੰਦਰ ਗਾਂਧੀ ਜੀ ਸੀ ਕਨਿ ਜੈਲ ਸਿੰਘ ਪ੍ਰਧਾਨ ਸੀ ਸੂਬੇ ਦੇ ਉਹਨਾਂ ਦੇ ਫੈਸਲੇ ਸੀ ਪਰ ਉਸ ਸਮੇਂ ਦੀ ਜਨਰੇਸ਼ਨ ਸਾਰੀ ਮੈਂ ਵੀ ਉਹਨਾਂ ਚੋਂ ਹੀ ਆਂ ਉਦੋਂ ਮਾਪੇ ਦੇ ਫੈਸਲੇ ਹੀ ਚੱਲਦੇ ਹੁੰਦੇ ਸੀ ਤੇ ਸਾਡੇ ਮਾਵਾਪ ਦੇ ਫੈਸਲੇ ਚੱਲਿਆਂ ਤੋਂ ਮੈਂ ਫਸਟ ਟਾਈਮ ਆਪਣੀਆਂ ਸ਼ੌਕਾਂ ਦਾ ਆਪਣੀਆਂ ਚੀਜ਼ਾਂ ਦਾ ਇੱਕ ਆਮ ਕੁੜੀਪਣਾ ਅੰਦਰੋਂ ਦਿਮਾਗ ਚੋਂ ਕੱਢ ਕੇ ਤੇ ਇੱਕ ਆਪਣੇ ਬਾਪ ਦੇ ਲਈ ਜੋ ਟਫ ਰਫ ਤੇ ਟਫ ਅਨ ਅਨਵਾਂਟਡ ਜਿਹੜਾ ਹੈਗਾ ਸੀ ਫੰਕਸ਼ਨ ਦੇ ਵਿੱਚ ਮੈਨੂੰ ਪਾਇਆ ਗਿਆ ਰਾਜਨੀਤੀ ਦੇ ਵਿੱਚ ਜਿਹੜੀ ਤਾਂ ਮੈਂ ਜਾਣਦੀ ਸੀ ਤਾਂ ਮੇਰੇ ਪਿਤਾ ਜੀ ਜਾਣਦੇ ਸੀ ਅਸੀਂ ਮੇਰੇ ਫਾਦਰ ਨੂੰ ਸਿੱਧਾ ਸੰਤਾ ਵਰਗੇ ਸੀ ਜੀ ਜੀ ਅੱਜ ਮੇਰੇ ਮੁਕਾਬਲੇ 'ਚ ਢੀਂਸਾ ਪਰਿਵਾਰ ਲੜ ਰਿਹਾ ਹੈ ਜੀ ਜੇ ਕਿਤੇ ਸੁਖਦੇਵ ਸਿੰਘ ਢੀਂਸਾ ਨੂੰ ਪੁੱਛ ਕੇ ਤੁਸੀਂ ਦੇਖੋਗੇ ਕਿ ਪਹਿਲੀ ਲਖਸ਼ ਜਦੋਂ ਮੈਂ ਖੜੀ ਹੋਈਆਂ ਇਸ ਅਗਦੇਵ ਸਿੰਘ ਢੀਂਡ ਸਾਹਾਰੇ ਕਾਲੀ ਦਲ ਦਾ ਕਾਮਰੇਡਾਂ ਦਾ ਕੋਆਪਰੇਟਿਵ ਮੂਵਮੈਂਟ ਦੀ ਸਪੋਰਟਡ ਸੀਗਾ ਤੇ ਮੇਰੇ ਪਿਤਾ ਜੀ ਤਾਂ ਪਤਾ ਹੀ ਨਹੀਂ ਆਪਦੇ ਆਪੋਨੈਂਟਾਂ ਤੋਂ ਕਾਊਂਟਿੰਗ ਏਜੰਟ ਲੈ ਰਹੇ ਨੇ ਤੇ ਪੋਲਿੰਗ ਏਜੰਟ ਲੈ ਰਹੇ ਨੇ ਹੁਣ ਅਸੀਂ ਦੁਸ਼ਮਣ ਤੋਂ ਆਪਦੇ ਲੈ ਕੇ ਹਥਿਆਰ ਜਾਂ ਬੰਦੇ ਲੈ ਕੇ ਅਖੀ ਲੜਾਈ ਜਿੱਤਾਂਗੇ ਪਤਾ ਹੀ ਨਹੀਂ ਸੀ ਤੇ ਇਹ ਇਸੇ ਕਰਕੇ ਉਹ ਸੰਤ ਬੰਦੇ ਸਾਥ ਬੰਦੇ ਕਹਿੰਦੇ ਸੀ ਮੇਰੇ ਪਿਤਾ ਜੀ ਨੂੰ ਜਦੋਂ ਪੇਪਰ ਲੈਣ ਗਏ ਅੰਦਰ ਸੀ ਨਿਸ਼ਾਨ ਲਾਟ ਹੋਣੇ ਸੀਗੇ ਤੇ ਪਹਿਲਾਂ ਮੈਥੋਂ ਅਰ ਸੁਖਦੇਵ ਢੀਂਟਸੇ ਦੇ ਬਾਰੀ ਆ ਗਈ ਤੇ ਇਹ ਨਿਸ਼ਾਨ ਲੈ ਕੇ ਆ ਗਿਆ ਉਦੋਂ ਬਾਅਦ ਮੈਨ ਲੈਣ ਜਾਣਾ ਸੀ ਮੈਂ ਨਿਸ਼ਾਨ ਲੈਣ ਗਈ ਤੇ ਢੀਂਟਸੇ ਦੇ ਆ ਕੇ ਮੇਰੇ ਫਾਦਰ ਨੂੰ ਕਿਹਾ ਕਿ ਜੀ ਮੈਂ ਪੇਪਰ ਫਾਈਲ ਕਰਕੇ ਆਇਆ ਤੁਹਾਡੀ ਬੇਟੀ ਦੇ ਮੁਕਾਬਲੇ ਚ ਇਲੈਕਸ਼ਨ ਲੜ ਰਿਹਾ ਮੈਨੂੰ ਅਸ਼ੀਰਵਾਦ ਦਿਓ ਕ੍ਰਿਸ਼ਨਾ ਸ਼ਖਤ ਤੋਂ ਤੇ ਮੇਰੇ ਪਿਤਾ ਜੀ ਨੇ ਸਾਰੀ ਦੁਨੀਆ ਜਾਣਦੀ ਹੈ ਢੀਂਟਸਾ ਸਾਹਿਬ ਦੀ ਜਵਾਨਾਂ ਸੁਣਾਉਂਦੇ ਹੁੰਦੇ ਆ ਤੇ ਮੇਰੇ ਪਿਤਾ ਜੀ ਨੇ ਕਿਹਾ ਕਿ ਬੇਟਾ ਪਰਮਾਤਮਾ ਤੇਨ ਸਫਲ ਕਰੇ ਤੇ ਉਹ ਜਿਹੜੇ ਨਾਲ ਬੰਦੇ ਖੜੇ ਸੀ ਕਹਿੰਦੇ ਬਾਬਾ ਜੀ ਤੁਸੀਂ ਆਪਾਂ ਬੀਬੀ ਦੇ ਨਾਲ ਕਹਿੰਦੇ ਕੋਈ ਗੱਲ ਨਹੀਂ ਫੇਰ ਸਹੀ ਬਾਤ ਚ ਹੁਣ ਅੱਜ ਦੇ ਜ਼ਮਾਨੇ 'ਚ ਕੋਈ ਇਹ ਜਿਹਾ ਬੰਦਾ ਹੈ ਕਿ ਆਪਦੀ ਬੇਟੀ ਨੂੰ ਇਲੈਕਸ਼ਨ ਲੜਾਉਣ ਚੱਲ ਰਿਹਾ ਕਾਲਜ ਚੋਂ ਲਿਆ ਕੇ ਪਹਿਲੀ ਵਾਰ ਤੇ ਉਹ ਅਸ਼ੀਰਵਾਦ ਆਦੇ ਉਹਦੇ ਵਿਰੋਧੀ ਹੁੰਦੇ ਰਿਹਾ ਇਸ ਕਰਕੇ ਉਹਨਾਂ ਕਹਿੰਦੇ ਸੀ ਸੰਤ ਸਵਾਦ ਦੇ ਬੰਦੇ ਹੈਗੇ ਨੇ ਕਿ ਇਹ ਖੁਦ ਸ੍ਰੀ ਗੁਰਦੇਵ ਚਟਾਉਂਦਾ ਰਿਹਾ ਸੋ ਇਸ ਕਰਕੇ ਮੈਨੂੰ ਉਹਨਾਂ ਨੇ ਪਾਇਆ ਗਿਆ ਮੈਂ ਆ ਗਈ ਹਾਂ ਲੇਕਿਨ ਸਿਆਸਤ ਨਾ ਹੀ ਮੇਰਾ ਪ੍ਰੋਫੈਸ਼ਨ ਸੀ ਨਾ ਹੀ ਮੇਰੀ ਸੋਚ ਸੀ ਨਾ ਮੇਰਾ ਕਿਤਾ ਸੀ ਇਹ ਰਫ ਤਫ ਜ਼ਿੰਦਗੀ ਜਿਹੜੀ ਮੇਰੀ ਆਈ ਤੇ ਮੈਂ ਉਹਨੂੰ ਫਿਰ ਉਹ ਹੀ ਆਪਣੇ ਮਾਪੇ ਦੇ ਜਿਹੜੇ ਅ ਤੇ ਸਖਾਈਆਂ ਵੀਆਂ ਗੱਲਾਂ ਸੀ ਜਿਹੜੇ ਸਾਨੂੰ ਸਭਾਂ ਨੇ ਪਰਵਰਿਸ਼ ਕੀਤੀ ਵੀ ਸੀ ਉਹਨਾਂ ਮੁਤਾਬਕ ਕੋਈ ਕਦਰਾਂ ਕੀਮਤਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਨੇ ਇਹੀ ਗੱਲ ਕਹੀ ਕਿ ਆਪਣਾ ਮੇਰਾ ਸਿਰ ਤੋਂ ਪੈਰ ਤੱਕ ਬੇਟਾ ਆ ਮਖਦਰ ਦੀ ਪੱਗ ਬੰਨਦਾ ਤੇ ਪਾਏ ਕੱਪੜੇ ਇਹਨੂੰ ਆਪਣਾ ਸਵੱਛ ਰੱਖਣਾ ਸਾਫ਼ ਰੱਖਣਾ ਹੈ। ਜੀ ਇਹੀ ਕਾਰਨ ਹੈ ਜੋ ਉਹਨਾਂ ਨੇ ਕਿਹਾ ਕਿ ਬੜੇ ਦੂਸ਼ਣ ਲੱਗਦੇ ਹੈ ਕ੍ਰਾਪਸ਼ਨਾਂ ਦੇ ਮੈਂ 18 ਵੀ ਮਹਿਕਮੇ ਚਲਾਏ ਹੈ। ਕਿਸੇ ਮਹਿਕਮੇ ਚੋਂ ਹਰੇਕ ਕੋਈ ਬਹੁਤ ਸਾਰੇ ਵਜ਼ੀਰ ਹੈ ਜਿਨ੍ਹਾਂ ਨੇ ਆਪਦੇ ਮਹਿਕਮਿਆਂ ਚੋਂ ਆਦੇ ਫੈਮਿਲੀਆਂ ਦੇ ਕੰਮ ਚਲਾਏ ਹੈ। ਜੀ ਮੇਰਾ ਕਿਸੇ ਫੈਮਿਲੀ ਦੇ ਮੈਂਬਰ ਦਾ ਮੈਂ ਆਪਣੇ ਵਿਭਾਗ ਵਿੱਚ ਕੋਈ ਅਲਾਉ ਹੀ ਨਹੀਂ ਕੀਤਾ ਕਿ ਕੰਮ ਚਲਾ ਸਕੇ ਸੀਐਮ ਤੱਕ ਰਹੇਗੀਆਂ ਲੋਕ ਐਮਐਲਏ ਬਣਨ ਤੋਂ ਬਾਅਦ ਬਣ ਜਾਂਦੇ ਆ ਮੈਂ ਅੱਜ ਵੀ ਸਰਕਾਰੀ ਕੋਠੀ 'ਚ ਬੈਠੀਆਂ ਜਿਸ ਤਰ੍ਹਾਂ ਹੋਰ ਬੰਦੇ ਬੈਠੇ ਆ ਉਹਦਾ ਨਾਮ ਕਰ ਬਣਾਇਆ ਨਾ ਦਰ ਹਲਕਾ ਬਣਾਉਣਾ ਫਰਜ਼ ਬਣਾਉਣਾ ਆਪਣੇ ਲੋਕ ਬਟਾਉਣੇ ਜਿੰਨਾ ਮੈਂ ਕਰ ਸਕਦੀ ਆ ਉਸ ਪਾਸੇ ਮੈਂ ਲੈ ਕੇ ਗਈਆਂ ਤੇ ਲੇਕਿਨ ਇਹ ਠੀਕ ਹੈਗਾ ਕਿ ਇਸ ਜ਼ਿੰਦਗੀ ਵਿੱਚ ਪਰਮਾਤਮਾ ਨੇ ਲੋਕਾਂ ਨੇ ਪਿਆਰ ਦਿੱਤਾ ਮੇਰੀ ਹਾਈ ਕਮਾਂਡ ਦਿੱਤਾ ਤੇ ਪਹਿਲੀ ਵਾਰਕ ਪੰਜਾਬ ਦੇ ਵਿੱਚ ਔਰਤ ਮੁੱਖ ਮੰਤਰੀ ਬਣਨ ਦਾ ਮੌਕਾ ਤੇ ਸਾਰੀਆਂ ਕੁਰਸੀਆਂ ਉੱਚੀਆਂ ਤੇ ਬੈਠਣ ਦਾ ਮੌਕਾ ਦਿੱਤਾ ਮੈਂ ਸਾਰਿਆਂ ਦੀ ਧੰਨਵਾਦ ਦੀਆਂ ਰਣੀ ਆ ਇਹ ਬੜੀ ਜ਼ਿੰਦਗੀ ਦੀ ਸਟਾਰਟਿੰਗ ਜੀ ਇੱਕ ਲੰਬਾ ਤਜਰਬਾ ਤੁਹਾਡਾ ਰਿਹਾ ਤੁਸੀਂ ਸੀਐਮ ਵੀ ਰਹੇ ਹੋ ਤੇ ਜੇ ਇਸ ਟਾਈਮ ਆਪਾਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰ ਲਈਏ ਸਾਡੇ ਹੁਣ ਜਿਹੜੇ ਦਰਸ਼ਕ ਆ ਜਾਂ ਕਹਦੀਏ ਪੰਜਾਬੀ ਜਿਹੜੇ ਬਾਹਰ ਵੀ ਬੈਠੇ ਉਹਨਾਂ ਦੀਆਂ ਨਿਗਾਹਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੇ ਟਿਕੀਆਂ ਤੇ ਇਸ ਟਾਈਮ ਜੋ ਘੋਲਮੋਲ ਹੋਇਆ ਵਾ ਪੰਜਾਬ ਦੇ ਵਿੱਚ ਤਕਰੀਬਨ ਪੰਜ ਪਾਰਟੀਆਂ ਇਸ ਵਾਰ ਜਿਹੜੀਆਂ ਚੋਣ ਲੜ ਰਹੀਆਂ ਤਾਂ ਇਸ ਵਾਰ ਦੀ ਸਿਆਸਤ ਨੂੰ ਪੰਜਾਬ ਨੂੰ ਕਿੱਥੇ ਸਟੈਂਡ ਉਹਨਾਂ ਦਾ ਦੇਖ ਰਹੇ ਹੋ ਕਿਹੜੀ ਪਾਰਟੀ ਜਿਹੜੀ ਆ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਸਕਦੀ ਮੈਂ ਸਾਰੇ ਸਿਆਸੀ ਫੀਲਡ ਦੇ ਵਿੱਚ ਅੱਜ ਨਿਘਾਰ ਆਇਆ ਵੈ ਜੀ ਸਭ ਤੋਂ ਮਾੜੇ ਸਮੇਂ ਤੇ ਮਾੜੀ ਸਟੇਜ ਤੇ ਜਿਹਦੇ ਵਿੱਚ ਨਾ ਕੋਈ اخلاق ਨਾ ਕੋਈ ਕਮਿਟਮੈਂਟ ਮੈਂ ਹਰੇਕ ਨੂੰ ਨਹੀਂ ਮਾੜਾ ਕਹਿੰਦੀ ਮੈਂ ਇਹ ਜਨਰਲ ਸਿਆਸੀ ਸੋਚ ਦੀ ਗੱਲ ਕਰਦੀਆਂ ਚਾਹੇ ਉਹ ਪਿੰਡ ਪੱਧਰ ਤੋਂ ਉੱਠ ਕੇ ਦੇਸ਼ ਲੈਵਲ ਦੀ ਲੈਵਲ ਤੱਕ ਦੀ ਸਿਆਸਤ ਹੋਵੇ ਉਹਦੇ ਵਿੱਚ ਇਸ ਤਰ੍ਹਾਂ ਦੀ ਸਿਚੁਏਸ਼ਨ ਅਸੀਂ ਨਹੀਂ ਦੇਖੀ ਕਿਤੇ ਅੱਜ ਸਵੇਰ ਉੱਠਦੇ ਪਤਾ ਨਹੀਂ ਕਿਹੜੀ ਪਾਰਟੀ ਪੈਦਾ ਹੋ ਜਾਵੇ ਕਿਹੜਾ ਲੀਡਰ ਨਵਾਂ ਪੈਦਾ ਹੋ ਜਾਵੇ ਕਿਹੜਾ ਉਮੀਦਵਾਰ ਪੈਦਾ ਹੋ ਜਾਵੇ ਕਿਹੜੇ ਇਸ਼ੂ ਪੈਦਾ ਹੋ ਜਾਣ ਅੱਜ ਕਿੱਥੇ ਇੱਕ ਬੈਠਿਆ ਕੋਈ ਕੱਲ ਨੂੰ ਕਿਹੜੀ ਪਾਸੇ ਬੈਠਿਆ ਹੋਵੇ ਕੋਈ ਖਲਾਕ ਨਹੀਂ ਕੋਈ ਕਮਿਟਮੈਂਟ ਨਹੀਂ ਕੋਈ ਕੁਝ ਨਹੀਂ ਸਿਰਫ ਤੇ ਸਿਰਫ ਮੈਂ ਆ ਗਈ ਅਜਮੂਰੇ ਮੈਨੂੰ ਫਾਇਦਾ ਕਿੱਥੋਂ ਹੋਣਾ ਹੈ ਮੈਂ ਕਿੱਥੋਂ ਮੈਨੂੰ ਆਪਣਾ ਹੋਰ ਹੈਲਪ ਮਿਲ ਸਕਦੀ ਹੈ ਕਿਵੇਂ ਮੈਂ ਵੱਡਾ ਬਣ ਸਕਦਾ ਜਾਂ ਬਣ ਸਕਦੀਆਂ ਇਹ ਸਾਰੀਆਂ ਚੀਜ਼ਾਂ ਚ ਅੱਜ ਆਪਣਾ ਆਪਣੀ ਪਾਰਟੀ ਆਪਣਾ ਪਿੰਡ ਆਪਣੇ ਲੋਕ ਆਪਣੇ ਹਲਕੇ ਦੀ ਥਾਂ ਤੇ ਅੱਜ ਮੈਂ ਤੇ ਮੈਂ ਆ ਗਈ ਹੈ ਉਹ ਮੈਂ ਇਹ ਸਾਡੇ ਪਾਰਟੀ ਚ ਬਹੁਤ ਨਿਗਾਰ ਲੈਂਦਾ ਹੋਇਆ ਹੈ ਇਸ ਲਈ ਇੰਨੀਆਂ ਕਨਫਿਊਜ਼ਡ ਨੇ ਲੋਕ ਵੀ ਵੀ ਇੰਨੀਆਂ ਪਾਰਟੀਆਂ ਇੰਨੇ ਲੋਕ ਇਹਦੀ ਸਿਹਤ ਤੇ ਰੇਤੇ ਜਿਹੀ ਇਹ ਨਹੀਂ ਬਣ ਰਿਹਾ ਖੋਣਾ ਕੀ ਹੈਗਾ ਜੀ ਜੀ ਔਰ ਸਭ ਤੋਂ ਵੱਧ ਅਫਸੋਸ ਮੈਨੂੰ ਇਸ ਗੱਲ ਦਾ ਹੈ ਕਿ ਜਿਸ ਤਰ੍ਹਾਂ ਅੱਗੇ ਕਈ ਵਾਰੀ ਲੀਡਰਸ਼ਿਪਾਂ ਨੇ ਹੁੰਦੀਆਂ ਲੇਕਿਨ ਮੈਂ ਅੱਜ ਵੀ ਪਾਰਟੀਆਂ ਨੂੰ ਮਾੜਾ ਨਹੀਂ ਕਹਿੰਦੀ ਪਾਰਟੀਆਂ ਦੇ ਵਿੱਚ ਮੌਕੇ ਦੀਆਂ ਲੀਡਰਸ਼ਿਪਾਂ ਗਲਤ ਆ ਜਾਂਦੀਆਂ ਜੀ ਅੱਜ ਇਹ ਨਿਗਾਰ ਲਿਆਉਣ ਵਿੱਚ ਕੋਈ ਧਰਮ ਦਾ ਨਾਸਤੇਮਾਲ ਕਰੀ ਜਾਂਦਾ ਆਪਣੇ ਆਪ ਨੂੰ ਲਿਆਉਣ ਲਈ ਕਈ ਵਾਰੀ ਕਹਿੰਦੇ ਪੰਥ ਦਾ ਵਾਸਤਾ ਸਿੱਖੀ ਦਾ ਵਾਸਤਾ ਕੋਈ ਹਿੰਦੂਇਸਮ ਦਾ ਨਾਰਾ ਦੇ ਕੇ ਉਸ ਤਰ੍ਹਾਂ ਦੀ ਗੱਲ ਕਰ ਰਿਹਾ ਕਿ ਆ ਅਸੀਂ ਰਾਮ ਮੰਦਰ ਬਣਾਉਣੇ ਨੇ ਫਲਾਣੇ ਬਣਾਉਣੇ ਆ ਕੋਈ ਮੁਸਲਮਾਨ ਦੀ ਗੱਲ ਕਰੀ ਜਾ ਰਿਹਾ ਹੈਗਾ ਕੋਈ ਆਪਣਾ ਕਿਸੇ ਤਰ੍ਹਾਂ ਦੀ ਸਿੱਖੀ ਦੀ ਹਰ ਹਰ ਧਰਮਾਂ ਦੀ ਅੱਜ ਧਰਮਾਂ ਨੂੰ ਇਨਵੋਲਵ ਕਰ ਲਿਆ ਗਿਆ ਅੱਜ ਸਰਕਾਰੀ ਜਿਹੜੀਆਂ ਕਿ ਇੰਡੀਪੈਂਡੈਂਟ ਹੁੰਦੀਆਂ ਅਥਾਰਟिटीज ਉਹਨਾਂ ਨੂੰ ਇਨਵੋਲਵਮੈਂਟ ਦੀ ਯਾਦ ਇੱਕ ਸਿਆਸੀ ਤੌਰ ਤੇ ਕੀਤੀ ਜਾ ਰਹੀ ਹੈਗੀ ਹੈ ਸੋ ਅੱਜ ਜਿਹੜਾ ਕਦੇ ਵੀ ਨਹੀਂ ਸੀ ਹੁੰਦਾ ਕਿ ਅੱਜ ਇੱਕੋ ਹੀ ਪਰਿਵਾਰ ਦੇ ਵਿੱਚੋਂ ਮੈਂ ਕਾਫੀ ਸਮਿਆਂ ਤੋਂ ਦੇਖ ਰਹੀ ਹਾਂ ਇੱਕੋ ਪਰਿਵਾਰ ਦੇ ਵਿੱਚੋਂ ਜਿਵੇਂ ਆਪਾਂ ਪਾਕਿਸਤਾਨ ਦੇ ਵਿੱਚ ਵੀ ਮੈਂ ਦੇਖਿਆ ਕਿ ਕੋਈ ਪਾਰਟ ਸਾਡਾ ਹਿੰਦੁਸਤਾਨ ਦਾ ਹੀ ਸੀ ਪਾਕਿਸਤਾਨ ਵੀ ਬੀ.ਐਨ.ਜੀ. ਰਾਏ ਤੋਂ ਦੀ ਭਤੀਜੀ ਖੜੀ ਹੋ ਗਈ ਉਸ ਥਾਂ ਤੇ ਸੋ ਅੱਜ ਈਰਖਾ ਹੀ ਨਹੀਂ ਵੱਧ ਗਈ ਹੈ ਜੈਲਸੀ ਹੀ ਨਹੀਂ ਵੱਧ ਗਈ ਹੈ ਕਿ ਮੈਂ ਤੋਂ ਇਲਾਵਾ ਮੇਰੇ ਨਾਲ ਦਾ ਮੇਰੀ ਫੈਮਿਲੀ ਕੋਈ ਨਹੀਂ ਦੇਖਦਾ ਜੀ ਸੋ ਇਹ ਸਭ ਤੋਂ ਡੇਂਜਰਸ ਪੁਆਇੰਟ ਤੇ ਅੱਜ ਪਹੁੰਚਿਆ ਹੋਇਆ ਹੈ ਜਿਹੜੀ ਸੋਚ ਸਾਡੀ ਪਹੁੰਚੀ ਹੈ ਇਹਦੇ ਵਿੱਚ ਸਾਡੀਆਂ ਜਿਵੇਂ ਮੈਂ ਦੱਸ ਰਹੀਆਂ ਕਿ ਕਿੱਥੇ ਗਏ ਮੈਂ ਵੀ ਮੈਂ ਭਾਵੇਂ ਕਾਂਗਰਸ ਪਾਰਟੀ ਦਾ ਪਰ ਮੈਂ ਇੱਕ ਸਿੱਖ ਘਰਾਣੇ 'ਚ ਪੈਦਾ ਹੋਈ ਆ ਜੀ ਮੇਰੇ ਮਨ ਦੇ ਵਿੱਚ ਅੱਜ ਵੀ ਸਾਰੇ ਧਰਮਾਂ ਦਾ ਮੈਂ ਸਤਿਕਾਰ ਕਰਦੀ ਆ ਪਰ ਮੈਂ ਸਭ ਤੋਂ ਵੱਧ ਇਹ ਸਮਝਦੀ ਹੈਗੀ ਆ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੂ ਸਿੱਖਾਂ ਦੀ ਗੱਲ ਜਾਂਦਾ ਉਹਦੇ ਵਿੱਚ ਸਾਰੇ ਹੀ ਧਰਮਾਂ ਦੇ ਚਾਹੇ ਉਹ ਕ੍ਰਿਸ਼ਨ ਜੀ ਦਾ ਨਾਮ ਹੈ ਭਗਵਾਨ ਰਾਮ ਜੀ ਦਾ ਨਾਮ ਹੈ ਧੰਨੇ ਭਗਤ ਦਾ ਨਾਮ ਹੈ ਫਰੀਦ ਜੀ ਦਾ ਨਾਮ ਹੈ ਕਬੀਰ ਜੀ ਦਾ ਨਾਮ ਹੈ ਪੰਜ ਗੁਰੂਆਂ ਦੀ ਬਾਣੀ ਹੈ ਭੱਟਾਂ ਦੀ ਬਾਣੀ ਹੈ ਸਾਰੇ ਧਰਮਾਂ ਤੇ ਹਰ ਚੀਜ਼ ਦੇ ਵਿੱਚ ਸਾਡਾ ਸਾਂਝੀ ਵਾਲਤਾ ਦਾ ਸੁਨੇਹਾ ਮਿਲਿਆ ਹੈ ਹਿੰਦ ਦੀ ਚਾਦਰ ਕਿਹਾ ਜੀ ਸਰਵਤ ਦਾ ਭਲਾ ਮੰਗਿਆ ਜੀ ਔਰ ਇਹਦੇ ਨਾਲ ਸਿੱਖੀ ਜੀ ਮੈਂ ਆਪਾਂ ਕਹਿੰਦੇ ਸਿੱਖੀ ਮੀਨਸ ਕਿਉਂ ਰੱਖਿਆ ਸੀ ਨਾ ਸਾਡਾ ਸਿੱਖਣ ਲਈ ਜੀ ਕਿ ਸਿੱਖਿਆ ਦਿੱਤੀ ਸਾਡੇ ਪਿਆਰੇ ਗੁਰੂ ਨੇ ਜੀ ਇਤਿਹਾਸ ਲੱਚਿਆ ਆਪਣੇ ਪਰਿਵਾਰ ਕੁਰਬਾਨ ਕੀਤੇ ਅੱਜ ਅਸੀਂ ਮੰਨਦੇ ਜਰੂਰ ਹਾਂ ਮੈਂ ਜਿਸ ਤਰ੍ਹਾਂ ਫੇਰ ਕਹਿੰਨੀ ਆ ਕਿ ਹਰੇਕ ਨੂੰ ਨਹੀਂ ਮੈਂ ਕਹਿ ਰਹੀ ਲੇਕਿਨ ਇਨ ਜਨਰਲ ਇਹ ਹੈਗਾ ਕਿ ਅਸੀਂ ਮੰਨਦੇ ਹਾਂ ਅਸੀਂ ਕੋ ਰੁਟੀਨ ਦੇ ਵਿੱਚ ਸਮਝ ਕੇ ਅਰਦਾਸ ਹੋ ਗਈ ਚਾਹੇ ਗੁਰਦੁਆਰੇ ਵਿੱਚ ਚਾਹੇ ਮੰਦਰ ਚਾਹੇ ਕਿਸੇ ਥਾਂ ਤੇ ਸਾਡੀਆਂ ਰਸਮਕ ਤੌਰ ਤੇ ਜਿਹੜੀਆਂ ਹੈਗੀਆਂ ਉਹ ਅਸੀਂ ਮੰਨ ਲਿਆ ਅਰਦਾਸਾਂ ਕਰ ਲੀਆਂ ਆਪੋ ਆਪਣੇ ਇਸ਼ਟਾਂ ਦੀਆਂ ਧਰਮਾਂ ਦੀਆਂ ਲੇਕਿਨ ਸਾਡੇ ਅੰਦਰ ਤਾਂ ਬराई ਛਪੀ ਵੀ ਐ ਸਟੇੰਦਰ ਤਾਂ ਲਾਲਚ ਤੇ ਲੋਭ ਛਪਿਆ ਹੋਇਆ ਸੋ ਅੱਜ ਮੈਂ ਸਮਝਦੀ ਆ ਕਿ ਸਭ ਤੋਂ ਵੱਧ ਧਰਮਾਂ ਦਾ અપਮਾਨ ਸਾਡੇ ਜਿਹੜੇ ਘੱਟ ਸਿੱਖੇ ਲੋਕ ਨੇ ਜਾਂ ਜਿਨ੍ਹਾਂ ਨੂੰ ਜਿ ਪੂਰੀ ਤਰ੍ਹਾਂ ਤੇ ਗਿਆਨ ਨਹੀਂ ਹੋਇਆ ਬਾ ਉੱਥੇ ਤੋਂ ਸਾਡਾ ਨੁਕਸਾਨ ਅੱਜ ਹੋ ਰਿਹਾਗਾ ਆਪੋ ਆਪਣੇ ਥਾਂ ਦੇ ਉੱਤੇ ਇਸ ਲਈ ਮੈਂ ਕਹਿ ਰਹੀ ਆ ਕਿ ਸਿਆਸਤ ਵੀ ਨਿਕਰ ਗਈ ਹੈ ਤੇ ਸਾਰੇ ਫੀਲਡ ਹਰ ਇੱਕ ਫੀਲਡ ਅਸੀਂ ਬੜਾ ਸਤਿਕਾਰ ਕਰਦੇ ਹਾਂ ਜੁਡੀਸ਼ਰੀ ਦਾ ਵੀ ਕਰਦੇ ਹਾਂ ਸਰਧ ਥਾਮ ਦੇਵ ਕਰਦੇ ਹਾਂ ਐਡਮਿਨਿਸਟ੍ਰੇਸ਼ਨ ਦਾ ਵੀ ਕਰਦੇ ਹਾਂ ਲੇਕਿਨ ਇਹ ਸਾਰਿਆਂ ਥਾਮਾਂ ਤੇ ਅੱਜ ਇੱਕ ਜਿਸकी लाठी ਉਸकी भैंस ਜੀ ਇਹ ਚੀਜ਼ ਬਣ ਗਈ ਹੈ ਜਿਹੜੀ ਕਿ ਨੁਕਸਾਨਦੇ ਹੈਗੀ ਹੈ ਜੀ ਗੱਲ ਕਰ ਲਈ ਆਪਾਂ ਕਾਂਗਰਸ ਦੀ ਇੱਕ ਚੰਗਾ ਸਟੈਂਡ ਆ ਪਰ ਜੇ ਜਿਸ ਤਰ੍ਹਾਂ ਕਾਂਡੋ ਕਲੇਸ਼ ਲਗਾਤਾਰ ਚੱਲ ਰਿਹਾ ਤੇ ਅੱਗੇ ਵਧਦਾ ਜਾ ਰਿਹਾ ਹੈ ਉਹਨ ਗੱਲ ਕਰ ਲਈ ਸੁਨੀਲ ਜਾਖੜ ਜੀ ਦਾ ਬਿਆਨ ਆ ਗਿਆ ਕਿ 42 ਜੜੀਆਂ ਮੈਨੂੰ ਵੋਟਾਂ ਪਈਆਂ ਸੀਗੀਆਂ ਸੀਐਮ ਦਾ ਚਿਹਰਾ ਨਹੀਂ ਐਲਾਨਿਆ ਗਿਆ ਤੇ ਉਸ ਦੇ ਬਾਅਦ ਦੀ ਜੇ ਗੱਲ ਕਰ ਲਈ ਆਪਾਂ ਸੁਲਤਾਨਪੁਰ ਲੋਧੀ ਦੇ ਵਿੱਚ ਕੀ ਚੱਲ ਰਿਹਾ ਹੈ ਉੱਥੇ ਕੈਬਨਿਟ ਮੰਤਰੀ ਨਾਲ ਉਹਨਾਂ ਦਾ ਬੇਟਾ ਜਾਦ ਖੜਾ ਉਹ ਕਹਿੰਦੇ ਬੇਟੇ ਆਪਣੈ ਨੂੰ ਸਪੋਰਟ ਕਰਾਂਗੇ ਹਨਾ ਜੀ ਤੇ ਸਮਰਾਲੇ ਦੀ ਗੱਲ ਕਰ ਲਈ ਉੱਥੇ ਵੀ ਅਮਰੀਕ ਸਿੰਘ ਢਿੱਲੋਂ ਦੀ ਟਿਕਟ ਕੱਟੀ ਗਈ ਉਹ ਆਜ਼ਾਦ ਖੜ ਗਿਆ ਤਾਂ ਇਹ ਸਾਰੇ ਕਾਂਡੋ ਕਲੈਕਸ਼ਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਲੱਗਦਾ ਨਹੀਂ ਕਾਂਗਰਸ ਦਾ ਇੱਕ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਹੋ ਸਕਦਾ ਦੇਖੋ ਤੁਸੀਂ ਜੋ ਮਸਾਲਾ ਦਿੱਤੀਆਂ ਨੇ ਭਾਵੇਂ ਇਕੱਲ ਦੀ ਕਾਂਗ ਕਿਸੇ ਦਾ ਹਾਂ ਤੇ ਸ਼ੋਪਿੰਗ ਹੈ ਕਾਂਗਰਸ ਪਾਰਟੀ ਕਬੱਡੀ ਪਾਰਟੀ ਹੈ ਤੇ ਉਸ ਪਾਰਟੀ ਵਿੱਚ ਜਿਆਦਾ ਲੋਕਾਂ ਦਾ ਰੁਝਾਨ ਸਮਝਦੇ ਹੈ ਵੱਡੀ ਪਾਰਟੀ ਤੋਂ ਭਾਂਡੇ ਖੜਕਦੇ ਹੁੰਦੇ ਨੇ ਲੇਕਿਨ ਜਿਵੇਂ ਮੈਂ ਜਨਰਲ ਕਹਿ ਚੁੱਕੀ ਹਾਂ ਸਾਰਾ ਸਾਰਿਆਂ ਵਾਸਤੇ ਕਿ ਅੱਜ ਦਾ ਇਹ ਸਿਆਸੀ ਨਿਗਾਰ ਆ ਚੁੱਕਿਆ ਅਸੀਂ ਇਹ ਨਹੀਂ ਸੋਚਦੇ ਕਿ ਪਹਿਲਾਂ ਸਾਡਾ ਪੰਜਵੇਂ ਕਹਿੰਦੇ ਆ ਕਿ ਘਰ ਬਸੂਗਾ ਤੇ ਤਾਂ ਹੀ ਆਪਾਂ ਖਾ ਜਾਵਾਂਗੇ ਪੰਜਾਬੀ ਵਿੱਚ ਕਹਿੰਦੇ ਹੁੰਦੇ ਪਿੰਡ ਬਸਿਆ ਨਹੀਂ ਤੇ ਮੰਗ ਤੇ ਪਹਿਲਾਂ ਇੱਕ ਅਖੌਤ ਹੈ ਮੈਂ ਕਿਸੇ ਨੂੰ ਨਹੀਂ ਕਹਿ ਰਹੀ ਹੈਗੀ ਇਹ ਸਾਰੀਆਂ ਪਾਰਟੀਆਂ 'ਚ ਹੀ ਹੈ ਚਾਹੇ ਦੋ ਕਾਲੀਦਲ ਟੁੱਟ ਕੇ ਵਖਰੀ ਹੋ ਗਏ ਸਾਡੇ ਤਾਂ ਵਿਚ ਬੈਠ ਕੇ ਬਿਆਨ ਦਿੰਦੇ ਬੈਨਾ ਤੱਕ ਹੀ ਹੈ ਸਾਡਾ ਤਾਂ ਕਈਆਂ ਤਾਂ ਪਾਰਟੀਆਂ ਘਰ ਅੱਡ ਕਰ ਲਿਆ ਆ ਢੀਂਸਾ ਪਰਵਾਹ ਟੁੱਟ ਕੇ ਆ ਗਿਆ ਕਾਲੀਦਲ ਦੇ ਵਿੱਚੋਂ ਇਸੇ ਤਰੀਕੇ ਨਾਲ ਹਰ ਤਰੀਕੇ ਦੇ ਵਿੱਚ ਇਹ ਜਿਹੜੀ ਆਈ ਹੈ ਮੈਂ ਨਕਾਰਦੀ ਗੱਲ ਕੀਤੀ ਹੈ ਲੇਕਿਨ ਮੈਂ ਬਤੌਰ ਇਸ ਸਟੇਜ ਉੱਤੇ ਹੀ ਕਹਿਣਾ ਚਾਹੁੰਨੀ ਹਾਂ ਕਿ ਸਾਰਿਆਂ ਨੂੰ ਹੀ ਕਿ ਰੱਬ ਦੇ ਵਾਸਤੇ ਅੱਜ ਇਹ ਜਿਹੜੇ ਹੈਗੇ ਆਪਣੀਆਂ ਗੱਲਾਂ ਕਰਕੇ ਜਿਹਦੇ ਦਾ ਥੋੜੀ ਵੱਡੀ ਪਾਰਟੀ ਦਾ ਨੁਕਸਾਨ ਹੋ ਸਕਦਾ ਕਿਸੇ ਦਾ ਵੀ ਸਾਨੂੰ ਗ੍ਰੇਸ ਕਰਨੀ ਚਾਹੀਦੀ ਹੈ ਸਾਨੂੰ ਫਸਤ ਤੌਰ ਤੇ ਆਪਣੀ ਪੂਰੀ ਇਕਜੁੱਟ ਤੇ ਇੱਕ ਮੁੱਠ ਠੋਕੇ ਜਿਵੇਂ ਕਹਿੰਦੇ ਨੇ ਇਹ ਤੇ ਬਾਦ ਤੇਰੀਆਂ ਮੇਰੀਆਂ ਸੁਲਝ ਲਾਂਗੇ ਪਹਿਲਾਂ ਆਪਾਂ ਜਿਹੜੀ ਕਹਿੰਦੇ ਸੁਲਝਾ ਲਈਏ ਤਾਂ ਨਹੀਂ ਪਹਿਲਾਂ ਆਪਣੀ ਇਲੈਕਸ਼ਨ ਲੜ ਕੇ ਉੱਥੇ ਲੈ ਕੇ ਜਾਈਏ ਤੇ ਅਸੀਂ ਉੱਥੇ ਜਾ ਕੇ ਆਪਣੀ ਇਲੈਕਸ਼ਨ ਜਿੱਤ ਵਾਲੇ ਪਾਸੇ ਲਾ ਕੇ ਫਿਰ ਅਸੀਂ ਇਹ ਗੱਲਾਂ ਦਾ ਬਖਤ ਮਿਲੂਗਾ ਸਾਡੀ 10 ਤਰੀਕ ਨੂੰ ਹੋਣੀ ਹੈ ਗਿਣਤੀ ਉਸ ਤੋਂ ਪਹਿਲਾਂ ਬਥੇਰੇ ਦਿਨ ਹੈ ਨੇ ਉਹਦੇ ਚ ਕਰਦਾਂਗੇ ਮਾਂ ਕੌਣ ਕੀ ਸੀ ਕਿੱਥੇ ਸੀ ਕਿਵੇਂ ਸੀ ਇਹ ਤਾਂ ਗੱਲਾਂ ਸਾਰੀਆਂ ਪੰਜਾਬ ਜਾਣਦੇ ਹੈਗੇ ਨੇ ਜੀ ਜੀ ਬਿਲਕੁਲ ਹੁਣ ਮੇਰੇ ਤੌਰ ਤੇ ਮੈਂ ਇੱਥੇ ਬੈਠੀਆਂ ਮੈਨੂੰ ਬਹੁਤ ਵਾਰ ਮੌਕਾ ਦੇ ਕੇ ਬਹੁਤ ਵਾਰ ਮੈਂ 2012 ਤੱਕ ਘਰ ਬੈਠੀ ਹੈਗੀ ਆ ਦੂਜਾ ਜਨਮੂਰੀ ਲੈ ਕੇ ਕੀਤਾ ਨਾ ਮੈਂ ਕੋਈ ਵੱਖਰੀ ਪਾਰਟੀ ਬਣਾਈ ਹੈ ਨਾ ਮੈਂ ਕਦੇ ਇਹ ਕਹ ਕੇ ਮੇਰੇ ਨਾਲ ਇੰਨੇ ਸੀ ਮੇਰੇ ਨਾਲ ਆ ਸੀ ਮੇ ਨਾਲ ਕਾਂਗਰਸ ਨਾਲ ਨੇ ਸਾਰੇ ਲੋਕ ਜੀ ਤੇ ਉਹਦੇ ਵਿੱਚ ਠੀਕ ਆਪੀਨੀਅਨ ਲਈ ਜਾਂਦੀ ਜਿਵੇਂ ਹੁਣ ਵੀ ਲੈਣੀ ਹੈ ਚਾਹਤ ਕੋਈ ਵੀ ਹੋ ਸਕਦਾ ਹੈਗਾ ਕਿਸੇ ਥਾਂ ਤੇ ਵੀ ਹੋ ਸਕਦਾ ਹੈ ਲੇਕਿਨ ਇਹ ਸਾਨੂੰ ਆਪਣੇ ਤੌਰ ਤੇ ਥੋੜੀ ਗ੍ਰੇਸ ਕਰਨੀ ਚਾਹੀਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਇਹਦੇ ਨਾਲ ਡੀਮੋਰੀਲਾਈਜੇਸ਼ਨ ਆ ਜਾਂਦੀ ਹੈ ਕਈ ਵਾਰੀ ਬਰਕਰਾਂ ਚ ਵੀ ਆ ਜਾਂਦੀ ਹੈ ਹੋਰ ਪਾਸੇ ਵੀ ਆ ਜਾਂਦੀ ਹੈ ਸੋ ਇਸ ਲਈ ਮੈਂ ਸਮਝਦੀ ਹਾਂ ਕਿ ਵਕਤ ਆਊਗਾ ਇਹਨਾਂ ਗੱਲਾਂ ਦਾ ਫੈਸਲਾ ਹੋਣ ਤੋਂ ਪਹਿਲਾਂ ਸਾਰਾ ਕੁਝ ਆਪਣਾ ਕਰ ਸਕਦੇ ਹੈਗੇ ਜੀ ਮੈਂ ਇੱਕ ਸਵਾਲ ਮੇਰਾ ਹੈ ਜੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਾਢੇ 4 ਸਾਲ ਕਾਂਗਰਸ ਦੇ ਵਿੱਚ ਸੀਐਮ ਰਹਿੰਦੇ ਨੇ ਚੰਗੇ ਰਿਸ਼ਤੇ ਵੀ ਰਏ ਜੀ ਆਪਣੇ ਤੇ ਹੁਣ ਇਸ ਟਾਈਮ ਬਾਅਦ ਵਿੱਚ ਚੰਨੀ ਸੀਐਮ ਦਾ ਚਿਹਰਾ ਰਿਹਾ ਤੇ ਇਸ ਟਾਈਮ ਉਹਨਾਂ ਦੀ ਆਪਣੀ ਪਾਰਟੀ ਆ ਬੀਜੇਪੀ ਦੇ ਨਾਲ ਗੱਠ ਜੋੜਾ ਤਾਂ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਹੀ ਪਾਸੇ ਗਏ ਜਾਂ ਫਿਰ ਕੁਝ ਨੁਕਸਾਨ ਹੋ ਸਕਦਾ ਆਉਣ ਵਾਲੇ ਸਮੇਂ 'ਚ ਕਿ ਮੈਂ ਕਦੇ ਕਿਸੇ ਤੇ ਨੀਜੀ ਟੈਗ ਤਾਂ ਨਹੀਂ ਕੀਤਾ ਲੇਕਿਨ ਸਿਆਸਤ ਵਿੱਚ ਬੈਠੀਆਂ ਸਿਆਸੀ ਤੌਰ ਦੇ ਉੱਤੇ ਆਪਣੀ ਅਫਰਵੇਸ਼ਨ ਆਪਣੇ ਜਿਹੜੇ ਰਿਮਾਰਕਸ ਦੇਣੇ ਪੈਂਦੇ ਨੇ ਜੀ ਕੈਪਟਨ ਸਾਹਿਬ ਦੀ ਵੀ ਇਹ ਹੀ ਸੋਚ ਰਹੀ ਹੈ ਕਿ ਮੈਂ ਕਿਵੇਂ ਤਗੜਾ ਹਾਂ ਮੈਨੂੰ ਰਾਜ ਚਾਹੀਦਾ ਹੈ ਮੇਰੀ ਪਾਵਰ ਚਾਹੀਦੀ ਹੈ ਮੈਂ ਸੁਪਰਮੈਨ ਸੀ ਚਾਹਦਾ ਤੇ ਮੇਰੇ ਥੱਲੇ ਸਾਰੇ ਹੋਣ ਮੈਂ ਕਿਸੇ ਦੇ ਨਾਲ ਨਾ ਕੰਮ ਕਰਾਂ ਇਹ ਜਿਹੜੀ ਮੈਂ ਆ ਇਹਦੇ ਨਾਲ ਇਨਸਾਨ ਚਾਹੇ ਕੈਪਟਨ ਹੋਵੇ ਕੋਈ ਹੋਵੇ ਉਹ ਵੱਡੇ ਤੋਂ ਛੋਟਾ ਹੋ ਜਾਂਦਾ ਹੈ ਸੋ ਅੱਜ ਸਾਰੇ ਦੇਖਦੇ ਆ ਵੀ ਜਿੱਥੇ 4 6 ਮਹੀਨੇ ਪਹਿਲਾਂ ਕੈਪਟਨ ਸਾਉਦੀ ਪੋਜੀਸ਼ਨ ਪੰਜਾਬ ਦੇ ਵਿੱਚ ਸਾਡੀ ਕਾਂਗਰਸ ਪਾਰਟੀ ਵਿੱਚ ਸਾਰੀ ਵਧੀਆ ਤਰੀਕੇ ਨਾਲ ਕਿ ਇਹਨਾਂ ਦੀ ਉੱਪਰ ਵੀ ਹਾਈ ਕਮਾਂਡ ਵੀ ਸਾਰੀ ਚੱਲਦੀ ਹੈ ਅੱਜ ਜੋ ਨਿੱਕੀ ਜੀ ਡੱਬੀ ਚ ਬੰਦ ਹੋ ਕੇ ਰਹਿ ਗਿਆ ਜੀ ਅੱਜ ਉਹ ਉਸ ਪਾਰਟੀ ਨਾਲ ਕਿੱਥੇ ਗਿਆ ਸਾਡਾ اخلاق ਜਿਹਨੂੰ ਤੁਸੀਂ ਮਾੜਾ ਕਹਿ ਕੇ ਬੁਰਾ ਕਹਿ ਕੇ ਕਾਂਗਰਸ ਸ਼ਾਮਲ ਹੁੰਦੇ ਸੀ ਤੇ ਉਹਨਾਂ ਦੇ ਖਿਲਾਫ ਤੁਹਾਡੇ ਸਟੇਟਮੈਂਟ ਆਉਂਦੀਆਂ ਨਹੀਂ ਲਗੀਆਂ ਹੁਣ ਤੱਕ ਜੀ ਤੇ ਕਿਉਂਕਿ ਤੁਤੋਂ ਅੱਜ ਪਾਵਰ ਵਾਪਸ ਲੈ ਲਈ ਜੀ ਤੁਸੀਂ ਵੈਸੇ ਵੀ ਕਹਿੰਦੇ ਸੀ ਇਲੈਕਸ਼ਨ ਲੜਦੇ ਨਹੀਂ 4 ਮਹੀਨੇ ਪਹਿਲਾਂ ਲੈ ਲਈ ਤੇ ਤੁਸੀਂ ਉਹਦੇ ਵਿੱਚ ਆ ਕੇ ਇੰਨਾ ਇੰਨਾ ਤੁਸੀਂ ਗੁੱਸੇ 'ਚ ਆ ਕੇ ਅੱਗ ਭੰਬੂਲਾ ਹੋ ਗਏ ਹੋ ਕਿ ਤੁਸੀਂ ਇੱਕ ਦੁਸ਼ਮਣਾਂ ਦੀ ਤਕਤਾਰ 'ਚ ਜਾ ਕੇ ਖੜੇ ਹੋ ਗਏ ਹੋ ਖੁਦ ਦੁਸ਼ਮਣ ਬਣ ਕੇ ਬੈਠ ਗਏ ਹੋ ਆ ਕੇ ਸੋ ਇਹਦੇ ਨਾਲ ਅੱਜ ਜੋ ਟਿਕਟਾਂ ਮੰਗਦੇ ਫਿਰਦੇ ਆ ਕਿ ਮੈਂ ਇਹਨੂੰ 117 ਦੇ ਵਿੱਚੋਂ 30 ਮਿਲਦੀਆਂ ਜਾਂ 32 ਮਿਲਦੀਆਂ 30 32 ਵਿੱਚ ਅੱਜ ਕੈਪਟਨ ਮਹਿੰਦਰ ਸਿੰਘ ਦੀ ਪੋਜੀਸ਼ਨ ਇਹ ਹੈ ਕਿ ਤੁਹਾਡੇ ਟਿਕਟਾਂ ਦੇ ਨਿਸ਼ਾਨ ਤੇ ਕੋਈ ਲੜਨ ਲਈ ਤਿਆਰ ਨਹੀਂ ਆ ਚਾਰ ਪੰਜ ਉਮੀਦਵਾਰਾਂ ਨੇ ਕਿਹਾ ਕਿ ਅਸੀਂ ਤਾਂ ਬੀਜੇਪੀ ਤੇ ਲੜ ਲਾਂਗੇ ਤੁਹਾਡੇ ਨਹੀਂ ਲੜਦੇ ਤੁਹਾਡੇ ਸੱਜੇ ਤੇ ਖੱਬੇ ਬੈਠਣ ਵਾਲੇ ਜੀ ਆਮ ਤੌਰ ਤੇ ਸਾਰੇ ਹੋਰ ਵੀ ਨੇੜੇ ਹੋਣਗੇ ਮੋਟੀ ਗੱਲ ਦੇ ਵਿੱਚ ਕਿਹਾ ਜਾਂਦਾ ਕਿ ਰਾਣਾ ਸੋਢੀ ਤੇ ਕੇਬਲ ਢੱਲੋ ਇਹ ਜੀ ਰਾਜੇ ਦੇ ਸੱਜੇ ਤੇ ਖੱਬੇ ਹੱਥ ਲੈ ਗਏ ਤੁਹਾਡੇ ਨਾਲ ਤੁਹਾਡੇ ਸੱਜੇ ਖੱਬੇ ਹੱਥ ਨਹੀਂ ਤੁਹਾਡੇ ਨਾਲ ਚੱਲੇ ਉਹ ਵੀ ਆਪਣੇ ਤੋਂ ਤੁਰ ਗਏ ਆ ਉਹ ਤੁਰ ਗਏ ਆ ਤੁਹਾਡੇ ਬਾਕੀ ਬੰਦੇ ਤੁਰ ਗਏ ਆ ਤੁਹਾਡੇ ਨਾਲ ਆਇਆ ਕੋਈ ਨਹੀਂ ਜਿਹੜਾ ਤੁਸੀਂ ਕਹਿ ਰਹੇ ਸੀਗੇ ਜਾਬਤਾ ਲੱਗ ਜਾਣ데요 ਜਾਬਤਾ ਵੀ ਲੱਗਿਆ ਉਹਦੇ ਨਾਲ ਤਾਂ ਆਏ ਨਹੀਂ ਸਿੱਧੇ ਬੀਜੇਪੀ ਚ ਵਾਗੇ ਚਾਹੇ ਉਹ ਆਪਣੇ ਸਾਡੇ ਬਾਜਵੇ ਦੀ ਗੱਲ ਹੈਗੀ ਹੈ ਵੱਡੇ ਬਾਜਵੇ ਦਾ ਛੋਟਾ ਭਰਾ ਹੈ ਜਿਹੜਾ ਜੀ ਜੀ ਬਿਲਕੁਲ ਤੇ ਉਸ ਤਰ੍ਹਾਂ ਦੀ ਗੱਲ ਹੈ ਚਾਹੇ ਹੋਰਾਂ ਦੀ ਗੱਲ ਹੈਗੀ ਹੈ ਸੋ ਇਸ ਕਰਕੇ ਇੱਕ ਸਾਹਮਣੇ ਆ ਲਈਏ ਪਰ ਤਖਾ ਕੇ ਗੱਲ ਕਿ ਤੁਸੀਂ ਬਹੁਤ ਛੋਟਾ ਆਪਣੇ ਆਪ ਨੂੰ ਵਡਾ ਲਿਆ ਆਪਣੀ ਥੋੜੀ ਜੀ ਲਾਲਚੀ ਸੋਚ ਨੇ ਤੇ ਆਪਣੀ ਹਉਮੈ ਦੇ ਕਰਕੇ ਜੀ ਤੇ ਇਸ ਲਈ ਚਾਹੀਦਾ ਤਾਂ ਇਹ ਸੀਗਾ ਕਿ ਤੁਸੀਂ ਆਪਣੀ ਪਾਰਟੀ ਚ ਰਹਿ ਕੇ ਧੰਨਵਾਦ ਕਰਦੇ ਪੈਟਰਸੋਨੀਆ ਜੀ ਦਾ ਕਿ ਮੈਨੂੰ ਇੰਨਾ ਮੌਕਾ ਦਿੱਤਾ ਠੀਕ ਹੈ ਜੀ ਮੈਨੂੰ ਕਿ ਕਮੀਆਂ ਰਹਿ ਗਈਆਂ ਜਾਂ ਮੇਰੇ ਸਾਥੀ ਨਰਾਜ਼ ਨੇ ਤਾਂ ਮੈਂ ਆਰਜ਼ੀਨ ਲਓ ਤੁਹਾਡੀ ਮਾਨਤਾ ਜੀ ਨੂੰ ਮਰਜ਼ੀ ਬਣਾਓ ਮੈਂ ਨਾਲ ਉਹਦੇ ਖੜ ਜਾਣਾ ਜੀ ਤਾਂ ਇਹਨਾਂ ਦੀ ਇੱਜ਼ਤ ਹੋਣੀ ਸੀ ਇਸ ਤੋਂ ਵੱਡੇ ਹੋਣੇ ਸੀ ਕੱਦ ਆ ਅੱਜ ਇਹਨਾਂ ਨੂੰ ਗਲੀ ਗਲੀ ਜਿਵੇਂ ਫਿਰਦੇ ਆ ਹਰ ਥਾਂ ਤੇ ਠੋਕਰਾਂ ਖਾਂਦੇ ਇਹਦੀ ਜ਼ਰੂਰਤ ਨਹੀਂ ਸੀ ਪੈਣੀ ਸਾਡੀਆਂ ਉਮਰਾਂ ਦੇ ਤਕਾਜ਼ੇ ਇਸ ਤਰ੍ਹਾਂ ਹੈਗੇ ਆ ਕਿ ਅਸੀਂ ਇੱਕ ਦੀ ਟਰਮ ਹੋਰ ਲਾ ਸਕਦੇ ਆ ਤੇ ਏਦੂ ਬਾਅਦ ਅਸੀਂ ਸਾਡੇ ਬੱਚਿਆਂ ਨੇ ਅੱਗੇ ਆਉਣਾ ਤੇ ਇਸ ਕਰਕੇ ਅਸੀਂ ਉਸ ਵਕਤਾਂ ਵਿੱਚ ਵੀ ਆ ਕੇ ਘੋਲ ਕੁਰਸੀਆਂ ਦੇ ਕਰੀਏ ਇਹ ਬਹੁਤ ਹੀ ਚੰਗੀ ਨਹੀਂ ਲੱਗਦੀ ਗੱਲ ਬਿਲਕੁਲ ਜੀ ਤੇ ਆਮ ਆਦਮੀ ਪਾਰਟੀ ਦਾ ਕੀ ਪੰਜਾਬ ਵਿੱਚ ਸਟੈਂਡ ਦੇਖ ਰਹੇ ਹੋ ਭਗਵਾਨ ਤਮਨ ਦਾ ਚਿਹਰਾ ਐਲਾਨ ਦਿੱਤਾ ਜਾਂਦਾ ਆਮ ਆਦਮੀ ਪਾਰਟੀ ਵੱਲੋਂ ਤੇ ਕਾਫੀ ਉਹਨਾਂ ਵੱਲੋਂ 21 ਲੱਖ ਕਹਿੰਦੇ ਸਾਨੂੰ ਮੈਸੇਜ ਆਏ ਆ ਤੇ ਜੇ ਕਿ ਲੱਖ ਮੈਸੇਜ ਆ ਤੇ 21 ਲੱਖ ਵੋਟ ਉਹਨਾਂ ਦੀ ਫਿਰ ਪੱਕੀ ਏ ਜੀ ਕੀ ਦੇਖ ਰਹੇ ਹੋ ਸਨੈਰੀਓ ਪੰਜਾਬ ਵਿੱਚ ਆਵਾ ਦੇਖੋ ਇਹ ਡਰਾਮੇ ਬਾਜ਼ੀਆਂ ਜਿਹੜੀਆਂ ਹੁੰਦੀਆਂ ਐ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਹੁੰਦੀਆਂ ਜੇ ਮੈਂ ਇਹ ਕਹਿੰਨੀ ਆ ਵੀ ਤੁਸੀਂ ਕਈ ਵਾਰੀ ਹੁੰਦਾ ਕਿ 19 21 ਸਾਨੂੰ ਵੱਧ ਘੱਟ ਗੱਲ ਕਰਨੀ ਪੈ ਜਾਂਦੀ ਐ ਸਿਆਸਤ ਦੇ ਵਿੱਚ ਉਹ ਵੀ ਸਿਆਸਤ ਵਿੱਚ ਆਮ ਨੇ ਦੇਖੋ ਤੁਸੀਂ ਤਾਂ 99% ਗਲਤ ਗੱਲ ਕਰੀ ਜਾ ਰਹੇ ਹੋ ਜਿਹੜੇ ਤੁਹਾਨੂੰ ਐਨੇ ਦਿਨਾਂ ਚ ਐਨੇ ਮੈਸੇਜ ਵੀ ਆ ਗਏ ਤੁਹਾਨੂੰ ਆ ਕੁਝ ਤਾਂ ਇਸ ਤੋਂ ਪਹਿਲਾਂ ਵੀ ਤਾਂ ਸਰਵੇ ਕਰਾਇਆ ਹੋਣਾ ਉਦੋਂ ਨਹੀਂ ਸੀ ਆਏ ਉਦੋਂ ਕਿਉਂ ਨਹੀਂ ਲਾੜਿਆ ਭਗਵੰਤ ਮਾਨ ਨੂੰ ਫਿਰ ਤੁਸੀਂ ਹਾਲਾਂਕਿ ਉਹਨਾਂ ਦੀ ਆਪਣੀ ਪਾਰਟੀ ਦਾ ਮਾਮਲਾ ਹੈ ਤੇ ਇਹ ਤੁਹਾਨੂੰ ਜੇ ਅੱਜ ਆ ਗਏ ਤੁਹਾਨੂੰ ਪਹਿਲਾਂ ਤੁਹਾਡੇ ਕਈ ਐਮਐਲਏ ਵੀ ਆ ਕੇ ਕਹਿ ਕੇ ਗਏ ਸੀ ਭਗਵੰਤ ਮਾਨ ਨੂੰ ਨਹੀਂ ਬਣਾਉਂਦੇ ਚੁਰਸਕੇ ਜਾਂਦੇ ਔਰ ਚਲੇ ਵੀ ਗਏ ਸੀ ਜੀ ਤੁਹਾਨੂੰ ਉਦੋਂ ਕਿਉਂ ਨਹੀਂ ਪਤਾ ਲੱਗਿਆ ਔਰ ਇਹ ਕੇਜਰੀਵਾਲ ਜੀ ਦਾ ਚਿਹਰਾ ਵੀ ਡੰਗਾ ਹੋਇਆ ਮੈਂ ਕੱਲ ਦੇਖ ਰਹੀ ਸੀ ਕਿਤੇ ਅੰਨਾ ਹਜਾਰੇ ਜੀ ਕਹਿ ਰਹੇ ਨੇ ਕਿਸੇ ਨੇ ਸਵਾਲ ਕੀਤਾ ਕੇਜਰੀਵਾਲ ਜੀ ਬਾਰੇ ਤੇ ਉਹ ਉਹਨਾਂ ਨੇ ਇੱਥੇ ਤੱਕ ਅਦਾ ਲਫਜ਼ ਵਰਤੇ ਆ ਕਿ ਗੰਦਗੀ ਛੇੜेंगे ਤੁਸੀਂ ਵਿੱਚ ਮਤਲਬ ਇੱਕ ਉਹ ਸਮਾਜ ਸੇਵੀ ਦੇ ਜੀ ਦੇ ਮੋਢਿਆਂ ਤੇ ਰੱਖ ਕੇ ਤੁਸੀਂ ਕਾਂ ਆਪਣਾ ਦੇਸ਼ ਦਾ ਝੰਡਾ ਤੁਸੀਂ ਆਪਣੇ ਆਪ ਨੂੰ ਇੱਕ ਸਿਆਸੀ ਰਾਹ ਤੇ ਪਾਵਰਫੁੱਲ ਲੱਭ ਕੇ ਆਪਣੇ ਨਿੱਜੀ ਫਾਇਦਾ ਸੋਚਿਆ ਅੱਜ ਉਹਦੇ ਇਹ ਕਮੈਂਟ ਨੇ ਤੁਹਾਡੇ ਬਾਰੇ ਵਿੱਚ ਔਰ ਇਹ ਵੀ ਜਿਵੇਂ ਤੁਸੀਂ ਪੰਜਾਬੀਆਂ ਤੋਂ ਮਦਦ ਮੰਗਦੇ ਹੋ ਪੰਜਾਬੀਆਂ ਦੇ ਤੁਸੀਂ ਹਮੇਸ਼ਾ ਖਿਲਾਫ ਰਹੇ ਹੋ ਅੱਜ ਜੇ ਤੁਹਾਡੀ ਦਿੱਲੀ ਦੀ ਆਬਹਵਾ ਖਰਾਬ ਹੁੰਦੀ ਹੈ ਕਹਿੰਦੇ ਜੀ ਪੰਜਾਬ ਦੀ ਪ੍ਰਾਲੀ ਕਰਕੇ ਹੁੰਦੀ ਹੈ ਜੇ ਤੁਸੀਂ ਕਹਿੰਦੇ ਹੋ ਸਾਡੀ ਸਰਕਾਰ ਬਣ ਜਾਂਦੀ ਹੈ ਤਾਂ ਅਸੀਂ ਪਾਣੀ ਸਾਰਾ ਦਿੱਲੀ ਲਿਆਵਾਂਗੇ ਸਾਡਾ ਪਾਣੀ ਖੋ ਰਹੇ ਹੋ ਤੁਸੀਂ ਸਾਡੇ ਤੇ ਦੂਸ਼ਣ ਲਾ ਰਹੇ ਹੋ ਤੁਸੀਂ ਸਾਡੇ ਪੌ ਜਿਹੜੇ ਦਿੱਲੀ ਦੇ ਵਿੱਚ ਸਾਡੇ ਪੁਰਾਣੇ بڑے ਸਾਡੇ ਵੱਡੇ ਗੁਰੂਆਂ ਦੇ ਸੀਗੇ ਉੱਥੇ ਉਹਨਾਂ ਨੂੰ ਤੁਸੀਂ ਇੱਕ ਨਜਾਇਜ਼ ਐਨਕਰੋਚਮੈਂਟ ਕਰਕੇ ਢਹਾਤਾ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਉੱਥੇ ਜਿਹੜਾ ਬੁੱਤ ਉੱਥੇ ਸੀ ਰਹੇ ਸੀ ਉਹ ਉੱਤੇ ਲੱਗਣਾ ਸੀ ਤੁਸੀਂ ਉਹ ਨਹੀਂ ਉੱਥੇ ਲੱਗਣ ਦਿੱਤਾ ਤੁਸੀਂ ਕਿਸ ਤਰੀਕੇ ਦੇ ਨਾਲ ਸਾਡੇ ਬਹੁਤ ਸਾਰੀਆਂ ਮਸਾਲਾਂ ਵਿੱਚ ਦੇ ਸਕਦੀਆਂ ਤੁਸੀਂ ਸਾਡੀ ਆਪਣੇ ਸਿੱਖੀ ਦਾ ਅਪਮਾਨ ਸਾਡੇ ਪੰਜਾਬੀ ਦਾ ਅਪਮਾਨ ਸਾਡੇ ਪੰਜਾਬ ਦਾ ਅਪਮਾਨ ਸਾਡੇ ਕਿਸਾਨ ਦਾ ਅਪਮਾਨ ਕਰਕੇ ਜੇ ਮੋਦੀ ਨੇ ਤਨਖਾਲੇ ਕਾਨੂੰਨ ਬਣਾਏ ਤਾ ਇਹ ਕੇਜਰੀਬਾਲ ਜੀ ਨੇ ਸਭ ਤੋਂ ਪਹਿਲਾਂ ਨੋਟੀਫਾਈ ਕੀਤੀ ਕੀ ਮਜਬੂਰੀ ਸੀ ਇਹਨਾਂ ਦੀ ਜੀ ਇਹਦਾ ਮਤਲਬ ਕਿ ਤੁਸੀਂ ਕਿਸਾਨਾਂ ਦੀ ਪਿੱਠੇ ਛੁਰਾ ਮਾਰਿਆ ਔਰ ਹੁਣ ਜਿਹੜੀ ਤੁਹਾਡੀ ਲਾਸਟ ਚੇਜ ਹੈ ਜਦੋਂ ਪਤਾ ਲੱਗਿਆ ਕਿਉਂਕਿ ਵੀ ਸਾਡੀ ਆਮਦਨੀ ਸਰਕਾਰ ਇੱਥੇ ਬਣ ਨਹੀਂ ਰਹੀ ਉਸ ਵਕਤ ਤੁਸੀਂ ਜਿਹੜਾ ਭਗਵੰਤ ਮਾਨ ਨੂੰ ਕਿਹਾ ਕਿ ਹੁਣ ਇਹਦੇ ਕਮੈਂਟ ਆ ਗਏ ਮੈਂ ਤਾਂ ਬਣਾਇਆ ਹੈ ਕਿ ਜੇ ਦਿੱਲੀ 'ਚ ਵੀ ਅਗਰ ਆਇਆ ਸੀ ਤਾਂ ਤੁਸੀਂ ਬਣਾਇਸੀਗੇ ਤੁਹਾਡੇ ਹੱਕ 'ਚ ਕਿੰਨੀਆਂ ਕਲਾਂ ਕਰਾਈਆਂ ਸੀ ਤੁਸੀਂ ਇਹ ਤੁਸੀਂ ਇੱਕ ਹੋਰ અપਮਾਨ ਵਾਲੀ ਇੱਕ ਗਲੀ ਤੋਂ ਨਿਕਲਣ ਵਾਲਾ ਕੀਤਾ ਹੈ ਪਹਿਲਾਂ ਤਾਂ અપਮਾਨ ਕੀਤਾ ਤੁਹਾਡੇ ਸੱਜੇ ਖੱਬੇ ਜਰਨਲ ਸਿਓ ਜੀ ਮਾ ਭਵੰਤਵਾਨ ਬੈਠਾ ਹੈ ਜੀ ਤੁਸੀਂ ਕਹਿ ਰਹੇ ਹੋ ਸੀ ਬਹੁਤ ਵਧੀਆ ਬੰਦਾ ਲੈ ਕੇ ਆਵਾਂਗੇ ਇਹਦਾ ਮਤਲਬ ਜਿਹੜੇ ਬੈਠੇ ਹੋ ਵਧੀਆ ਨਹੀਂ ਹੈਗੇ ਇਹੀ ਇੱਕ ਮਤਲਬ ਜਾਂਦਾ ਨਾ ਕੋਲੇ ਬੈਠੇ ਦਿਸਦੇ ਨਹੀਂ ਦੀਵੇ ਥੱਲੇ ਹਨੇਰਾ ਥੋੜੇ ਥੱਲੇ ਔਰ ਫਿਰ ਤੁਸੀਂ ਉੱਥੇ ਜਿਹੜਾ ਦਵਾਰਾਂ ਤੇ ਲਿਖਿਆ ਹੈ ਇੱਕ ਮੌਕਾ ਕੇਜਰੀਵਾਲ ਨੂੰ ਮੈਨੂੰ ਕੋਈ ਇੱਕ ਨਾਰਾ ਜਾਂ ਇੱਕ ਦਵਾਰ ਤੇ ਦਿਖਾ ਦਿਓ ਜਿੱਥੇ ਲਿਖਿਆ ਹੋਵੇ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਤੁਸੀਂ ਨਹੀਂ ਲਿਖਿਆ ਤੁਹਾਨੂੰ ਇਹ ਸੀ ਕਿ ਪਹਿਲਾਂ ਸਾਡੀ ਪਾਰਟੀ ਦੇ ਲੀਡਰਾਂ ਤੇ ਡੋਰੇ ਡਾਲਦੇ ਰਹੇ ਫਿਰ ਤੁਸੀਂ ਕਿਸਾਨ ਜੁਨੀਆ ਦੇ ਸੋਚਾ ਵੀ ਇਹਨਾਂ ਦੇ ਕਰਕੇ ਵੋਟਾਂ ਆ ਜਾਣਗੀਆਂ ਪਰ ਤੁਹਾਡਾ ਲਾਲਚ ਤੇ ਤੁਹਾਡਾ ਜਿਹੜੀ ਟਰਿਕ ਬਾਜੀ ਸੀ ਕਿ ਇਹਨਾਂ ਨੂੰ ਨਾਲ ਜੋੜ ਲਾਂਗੇ ਸੀਟਾਂ ਹੁੰਦੀਆਂ ਕਿਦੇ ਬਾਗੇ ਸੀ ਤੁਹਾਡਾ ਰੌਲਾ ਪੈ ਗਿਆ ਜੋ ਤੁਹਾਨੂੰ ਬਿਲਕੁਲ ਪਤਾ ਲੱਗ ਗਿਆ ਕਿ ਹੁਣ ਸਾਡੀ ਤਾਂ ਇੱਥੇ ਹੈ ਨਹੀਂ ਕੰਮ ਬਚੀ ਦੀ ਫਿਰ ਉਸ ਤੋਂ ਬਾਅਦ ਤੁਸੀਂ ਆ ਸਾਰਾ ਡਰਾਮਾ ਕਰਕੇ ਇਹਨੇ ਲੱਖ ਆ ਗਿਆ ਇਹਨੇ ਲੱਖ ਆ ਗਿਆ ਫਿਰ ਭਗਵੰਤ ਮਾਨ ਤੁਸੀਂ ਬਣਾਤਾ ਜੀ ਤੁਹਾਨੂੰ ਨਹੀਂ ਪਤਾ ਵੀ ਭਗਵੰਤ ਮਾਨ ਇੱਕੋ ਹੀ ਐਮਪੀ ਜਿੱਤ ਕੇ ਗਿਆ ਹੈ ਪਾਰਲੀਮੈਂਟ ਚੋਂ ਬੋਲਦਾ ਤੇ ਤੁਹਾਨੂੰ ਆਪਣੇ ਆਪ ਅਜੇ ਤੱਕ ਤੁਸੀਂ ਆਪਣੇ ਲੀਡਰ ਨੂੰ ਨਹੀਂ ਪਛਾਣ ਸਕਕੇ ਤੁਹਾਡੀ ਸਟੇਟ ਚ ਕਿਹੜਾ ਲੀਡਰ ਹੈ ਜਿਹੜਾ ਪਾਵਰਫੁਲ ਹੈ। ਔਰ ਇਹ ਸਾਰੇ ਡਰਾਮਾ ਕਰਕੇ ਤੁਸੀਂ ਗਲੀ ਤੋਂ ਨਿਕਲ ਕੇ ਫਿਰ ਸੋਚਿਆ ਕਿ ਜਾਨਦੇ ਜੇ ਮੈਂ ਪੰਜਾਬੀ ਚ ਕਹਿੰਨੇ ਆਂ ਜਾਨਦੇ ਚੋਰ ਦੀ ਪੱਕ ਸਹੀ। ਤੁਸੀਂ ਹੁਣ ਇਥੋਂ ਟਿਕਟਾਂ ਵੇਚ ਕੇ ਜੋ ਮਿਲ ਗਿਆ ਉਹ ਲੈ ਤੁਰ ਗਏ। ਇਹ ਮੈਂ ਨਹੀਂ ਕਹਿੰਦੀ ਇਹਨਾਂ ਦੀ ਆਪਣੀ ਪਾਰਟੀ ਦੇ ਬੰਦੇ ਕਹਿ ਰਹੇ ਨੇ। ਜਿਹੜੇ ਨੇ ਪਾਰਟੀ ਚ ਰਹੇ ਨੇ। ਚਾਹੇ ਉਹ ਜਲੰਦਰ ਹੋਵੇ ਚਾਹੇ ਉਹ ਬਸ਼ੰਡਾ ਹੋਵੇ ਔਰ ਇਸ ਤੱਕਰ ਕਦੇ ਇਹ ਨਹੀਂ ਸੁਣਿਆ ਟਿਕਟ ਨਾ ਮਿਲੇ ਤਾਂ ਤਰਾਲੇ ਪੈਦੇ ਦੇਖੀ ਆਪਾਂ। ਜੀ। ਮਿਲੀ ਵੀ ਟਿਕਟ ਨੂੰ ਤੁਹਾਡੀ ਨੂੰ ਕੋਈ ਵਾਪਸ ਕਰ ਆ ਲਹਿਰੇ ਜ ਤੁਸੀਂ ਆਏ ਹੋ ਲਹਿਰੇ ਵਿੱਚ ਵੀ ਜਿਹਨੂੰ ਟਿਕਟ ਦਿੱਤੀ ਐ ਇੱਥੇ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਕਿਸੇ ਨਾਲ ਤੇ ਲੇਕਿਨ ਜਿਹੜੂੰ ਤੁਸੀਂ ਆਮ ਆਦਮੀ ਪਾਰਟੀ ਟਿਕਟ ਦਿੱਤੀ ਐ ਕੀ ਉਹ ਆਮ ਆਦਮੀ ਹੈ ਕੀ ਉਹਨੇ ਆਮ ਆਦਮੀ ਪਾਰਟੀ ਚ ਕਦੇ ਇੱਕ ਹਫਤੇ ਤੱਕ ਤੁਹਾਡੇ ਨਾਲ ਪਾਰਟੀ ਚ ਕਿਸੇ ਧਰਨੇ ਚ ਬੈਠਾ ਹੈ ਕਦੇ ਜਿੰਦਾਬਾਦ ਕਹੀ ਐ ਕਦੇ ਨਾਲ ਖੜਿਆ ਹੈ ਸਾਰੀਆਂ ਪਾਰਟੀਆਂ ਬਦਲਨ ਵਾਲਾ ਜਿਹਨੂੰ ਕਹਿੰਦੇ ਆ ਬਦਲਨ ਵਾਲੇ ਪਾਰਟੀਆਂ ਨੂੰ ਕਹਿੰਦੇ ਆ ਦਲ ਬਦਲੋ ਉਸ ਤਰ੍ਹਾਂ ਦੇ ਬੰਦਿਆਂ ਦੇ ਨਾਲ ਤੁਸੀਂ ਆਮ ਆਦਮੀ ਪਾਰਟੀ ਦੀ ਪਿੱਠੇ ਛੁਰਾ ਮਾਰ ਕੇ ਆਮ ਆਦਮੀ ਪਾਰਟੀ ਦੇਖਦਾ ਰਹੇਗਾ ਕਿ 7 ਸਾਲ ਤੱਕ ਝਾੜੂ ਸਾਥੋ ਚਕਾਈ ਰੱਖਿਆ ਅੱਜ ਸਾਡੇ ਚ ਕੋਈ ਵੀ ਕਾਬਲ ਨਹੀਂ ਅੱਜ ਜੋ ਕਾਬਲ ਹੈ ਜਿਹੜਾ ਤਲਵਾਨ ਹੈ ਜਿਹੜੇ ਪਾਰਟੀਆਂ ਬਣਦੀਆਂ ਇਹ ਕ੍ਰਾਈਟੇਰੀਆ ਹੈ ਆਮ ਆਦਮੀ ਪਾਰਟੀ ਦਾ ਇਸੇ ਕਰਕੇ ਲੱਗਿਆ ਕਿ ਆਮ ਆਦਮੀ ਪਾਰਟੀ ਅੱਜ ਕਾਗਜ਼ਾ ਕਾਗਜੀ ਬਣ ਕੇ ਰਹਿ ਗਈ ਹੈ ਆਮ ਆਦਮੀ ਪਾਰਟੀ ਦਾ ਜੋ ਅਸਲੀ ਲੈਵਲ ਹੈ ਉਹ ਅੱਜ ਸਾਡੀ ਪਾਰਟੀ ਦੇ ਚੰਨੇ ਨੇ ਸਾਡੀ ਕਾਂਗਰਸ ਪਾਰਟੀ ਤੇ ਲਾਇਆ ਕਿ ਆ ਆਏ ਆਮ ਆਦਮੀ ਪਾਰਟੀ ਇਹ ਤਾਂ ਕਾਗਜੀ ਹੈ ਟਿਕਟ ਵੇਚੂ ਪਾਰਟੀ ਬਣ ਗਈ ਹੈ ਆਪਣੇ ਵਰਕਰਾਂ ਨੂੰ ਤੁਸੀਂ ਇਨਸਾਫ ਨਹੀਂ ਦੇ ਸਕੇ ਉਹਨਾਂ ਦੀ ਪਿੱਠੋ ਚੜਾ ਮਾਰਦੇ ਲੋਕਾਂ ਨੂੰ ਤੁਸੀਂ ਕਿ ਇਨਸਾਫ ਦਿਓਗੇ ਇਸ ਕਰਕੇ ਇੱਥੇ ਪਾਰਟੀ ਦਾ ਕੋਈ ਵजूद ਨਹੀਂ ਇਹਦਾ ਸਾਹਮਣੇ ਆ ਜਾਣਾ ਹੈਗਾ ਤੇ ਇਹ ਜਿੰਨੀਆਂ ਡਰਾਮੇਬਾਜ਼ੀਆਂ ਪਬਲਿਸਿਟੀਆਂ ਕਰੀ ਜਾਣ ਉਹ ਜੋ ਮਰਜੀ ਕਰਨ ਲੇਕਿਨ ਰਿਐਲਿਟੀ ਵਿੱਚ ਇਹ ਪਾਰਟੀ ਚਾਹੇ ਹੋਵੇ ਚਾਹੇ ਢੀਂਡਸੀਆਂ ਦੀ ਪਾਰਟੀ ਕਿਉਂਕਿ ਪੰਜਾਬ ਦੇ ਲੋਕ ਖਿਲਾਫ ਨੇ ਕਿ ਅੱਜ ਮੋਦੀ ਦੇ ਨਮਾਇंदे ਬਣ ਕੇ ਅੱਜ ਇਹ ਲੋਕ ਆਪਣੀ ਕੁਰਸੀ ਵਾਸਤੇ ਪਹਿਲਾਂ ਉਹਨਾਂ ਨੇ ਕਾਲੀ ਦਲ ਛੱਡਿਆ ਫਿਰ ਇਹਨਾਂ ਨੇ ਆਪਣੇ ਹਲਕੇ ਛੱਡੇ ਸਦਮ ਵਗੈਰਾ ਤੇ ਹੁਣ ਇਹ ਆ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਜਿਹੜੀ ਕਈ ਸੇ ਸਮਹਿਤੀਆਂ ਉਹ ਛੱਡ ਕੇ ਪਿੱਠੇ ਛੁਰਾ ਮਾਰ ਕੇ ਸਭ ਤੋਂ ਵੱਡੇ ਦੁਖੀ ਮੋਦੀ ਦੇ ਨਮਾਇंदे ਬਣ ਕੇ ਪੰਜਾਬ ਦੇ ਕਿਸਾਨਾਂ ਦੇ ਰਖਮਾ ਤੇ ਨੂਨ ਲਾਉਣ ਵਾਸਤੇ ਕਿ ਮੈਂ ਐਮਐਲਏ ਬਣ ਚਕਾਂ ਜਿਹੜਾ ਕਿ ਇਹਨਾਂ ਨੂੰ ਕੋਈ ਸਾਫ ਹੋਣਾ ਕੋਈ ਸੀਟ ਨਹੀਂ ਮਿਲਦੀ ਇਹਨਾਂ ਨੂੰ ਪੰਜਾਬ 'ਚ ਇਹਨਾਂ ਨੇ ਆਪਣੀ ਪਾਰਟੀ ਦਾ ਖਾਤਮਾ ਕਰ ਲਿਆ ਜੀ ਤੇ ਗੱਲ ਕਰ ਲਈਏ ਪ੍ਰਵਿੰਦਰ ਸਿੰਘ ਢੀਂਸਾ ਖੜੇ ਹੋਏ ਨੇ ਪਿਛਲੀ ਵਾਰ ਵੀ ਜੇਤੂ ਰਹੇ ਨੇ ਤਾਂ ਲੱਗਦਾ ਹੈ ਕਿ ਇਸ ਵਾਰ ਜਿਹੜੀ ਉਹ ਕਮੀਆਂ ਜਿਹੜੀਆਂ ਉਹਨਾਂ ਦੀਆਂ ਰਹਿ ਚੁੱਕੀਆਂ ਲੋਕਾਂ ਦਾ ਵਿਸ਼ਵਾਸ ਕਿਵੇਂ ਜਿੱਤੂਗੇ ਇਸ ਵਾਰ ਇਸ ਵਾਰ ਤੁਸੀਂ ਜਿੱਤ ਲਹਿਰਾ ਗੱਗਜ ਕਿਵੇਂ ਹਾਸਲ ਕਰੋਗੇ ਮੈਂ ਇਹੀ ਕਹਿੰਨੀ ਆ ਲੋਕਾਂ ਦੇ ਜਿਵੇਂ ਏਜਰੀਵਾਲ ਨੇ ਆਮ ਆਦਮੀ ਛੱਡ ਕੇ ਖਾਸ ਆਦਮੀ ਨੂੰ ਟਿਕਟ ਦੇ ਕੇ ਆਪਦੇ ਵਰਕਰਾਂ ਦੀ ਪਿੱਠੇ ਛੁਰਾ ਮਾਰਿਆ ਐ ਐਵੇਂ ਜਿਵੇਂ ਜਿਹੜੀ ਪਰਮਿੰਦਰ ਢੀਂਸੇ ਦੀ ਪਿਛਲੀ ਵਾਰ ਕੁਝ ਮਾੜੀ ਮੋੜ ਲੋਕ ਇੱਜ਼ਤ ਕਰਦੇ ਸੀ ਜਿਤਾ ਵੀ ਦਿੱਤਾ ਇਹਨਾਂ ਨੂੰ ਭਰੋਸਾ ਕਰਦੇ ਸੀ ਅੱਜ ਉਹਦਾ ਭਰੋਸਾ ਤੋੜਿਆ ਕਿ ਇਹ ਬੰਦਾ ਤਾਂ ਕਿਸੇ ਸਾਥ ਤੇ ਖੜਦਾ ਹੀ ਨਹੀਂ ਨਾ ਆਹ ਆਪਦੀ ਪਾਰਟੀ 'ਚ ਖੜਦਾ ਨਾ ਹਲਕੇ 'ਚ ਖੜਦਾ ਤੇ ਨਾ ਇਹਥੇ ਉਹਨਾਂ ਆਪਦੇ ਆਸਤੇ ਲੈਣ ਵਾਸ ਹਾ ਹਾਕਰ ਦੇ ਖਿਲਾਫ ਬੱਤੀ ਹੋਈ ਹੈ ਦੁਸ਼ਮਣਾਂ ਨਾਲ ਜਿਹੜੇ ਪੰਜਾਬ ਦੇ ਦੁਸ਼ਮਣ ਨੇ ਮੋਦੀ ਉਸਦੇ ਹੱਥ ਮਲਾ ਕੇ ਆ ਗਿਆ ਜਿਸ ਜੁਰਤ ਤ ਤਪਿੰਡਾ ਚ ਲਾਵੇਗਾ ਜਾ ਕੇ ਪੋਸਟਰ ਕਿ ਮੈਂ ਮੋਦੀ ਦੇ ਨਾਲ ਆਇਆ ਮੈਂ ਮੋਦੀ ਦਾ ਉਮੀਦਵਾਰ ਬਣ ਕੇ ਆਇਆ ਇਹਦਾ ਹਾਲ ਇਸੇ ਕਰਕੇ ਕਹਿੰਦੀ ਹੈ ਕਿ ਜਿਹੜਾ ਬੰਦਾ ਇੰਨੇ ਲੈਵਲ ਤੱਕ ਆਪਣੀ ਖੁਦਗਰਜ਼ੀ ਨੂੰ ਬਿਕਾਊ ਬਣਾ ਦੇ ਤ ਕਿ ਮੈਂ ਕਿਤੇ ਵੀ ਕਿਸੇ ਨਾਲ ਖਰੀਦਿਆ ਮੈਨੂੰ ਕੋਈ ਵੀ ਖਰੀਦ ਕੇ ਜਾ ਸਕਦੇ ਆ ਕੋਈ ਮੋਦੀ ਹੈ ਜਾਂ ਕੁਛ ਹੈ ਉਥੇ ਜਾ ਕੇ ਜਿਹੜਾ ਬੰਦਾ ਲੋਕਾਂ ਚ ਆਵੇ ਅੱਜ ਇਹਨਾਂ ਦਾ ਜੋ ਹਾਲ ਹੁਲੀਆ ਹੋਣਾ ਹੈ ਕੇਜਰੀਵਾਲ ਦੀ ਪਾਰਟੀ ਦਾ ਤੇ ਢੀਂਡਸੇ ਦੀ ਪਾਰਟੀ ਦਾ ਬਾਦਲਾਂ ਦਾ ਵੀ ਹੋਇਆ ਤਖਸਰ ਹੋਣਾ ਹੈ ਤੇ ਉਹ ਵੀ ਪਿੱਛੇ ਹੈਗੇ ਨੇ ਲੇਕਿਨ ਇਹ ਦੋਨੇ ਤਾਂ ਜਿਹੜੇ ਹੈਗੇ ਬਿਲਕੁਲ ਹੀ ਇਹ ਪੱਥ ਚੜ੍ਹ ਦੀ ਮੌਸਮ ਬਣ ਚੁੱਕੇ ਨੇ ਇਹਨਾਂ ਦਾ ਕੋਈ ਵजूद ਨਹੀਂ ਇੱਥੇ ਰਹਿਣਾ ਪਰਮਿੰਦਰ ਢੀਂਡਸੇ ਨੂੰ ਮੂੰਹ ਦਿਖਾਣੀ ਪੈਣੀ ਹੈ ਜਿਹੜਾ ਆਗੋਨਾ ਕੀਤਾ ਸਾਡੇ ਆਪਣੇ ਮੋਦੀ ਦੇ ਨਮਾਇੰਦਾ ਬਣ ਕੇ ਆਏ ਨੇ ਪੰਜਾਬ 'ਚ ਇਦੇ ਨਾਲ ਤਾਂ ਇਹਨਾਂ ਦਾ ਸਾਰਾ ਵजूद ਖਤਮ ਹੋ ਜਾਣਾ ਹੈ ਜੀ ਗੱਲ ਕਰ ਲਈਏ ਮੇਰਾ ਆਖਰੀ ਸਵਾਲ ਹੈ ਜੀ ਸੀਐਮ ਤੁਸੀਂ ਰਹੇ ਹੋ ਦੁਬਾਰਾ ਕਦੇ ਦਿਲ ਵਿੱਚ ਆ ਪੈਦਾ ਹੋਈ ਹੋਏ ਸੀਐਮ ਦੁਬਾਰਾ ਫੇਰ ਬਣਿਆ ਜਾਵੇ ਉਸ ਕੁਰਸੀ ਤੇ ਨਹੀਂ ਮੈਂ ਨਾ ਪਹਿਲਾਂ ਕਦੇ ਸੀਐਮਸ਼ਿਪ ਥੋਪੀ ਥੋਪੀ ਸੀ ਹਲਾਤਾ ਨਹੀਂ ਦਿੱਤਾ ਤੇ ਮੈਨੂੰ ਬਣਨਾ ਪਿਆ ਮੇਰੀ ਪਾਰਟੀ ਦਾ ਹੁਕਮ ਸੀ ਜੀ ਤੇ ਜਿਵੇਂ ਸੀਐਮ ਬਣਨ ਤੋਂ ਬਾਅਦ ਦਾ ਫੈਸਲਾ ਉਹ ਤਾਂ ਨਹੀਂ ਕੀਤਾ ਸੀ ਬਣਨ ਤੋਂ ਬਾਅਦ ਮੈਂ ਉਹ ਵੀ ਚਾਹੁੰਦੀ ਨਹੀਂ ਸੀ ਮੈਨੂੰ ਬਣਨਾ ਪਿਆ ਜੀ ਅੱਜ ਵੀ ਚਾਹੇ ਇਲੈਕਸ਼ਨ ਦੇ ਵਿੱਚ ਸਾਡੇ ਹੋਰ ਸਾਰੇ ਚਾਹੁੰਦੇ ਸੀ ਵੱਡੇ ਫੇਰੇ ਏਜ ਦੇ ਨਹੀਂ ਉਹਨਾਂ ਨੂੰ ਮਿਲੀ ਮੈਨੂੰ ਹੁਕਮ ਕੀਤਾ ਮੈਂ ਲੜ ਲਈਆਂ ਤੇ ਬਾਈ ਨੇ ਇਸ ਵਾਰ ਸੋਚਿਆ ਮੈਂ ਸੋਚਿਆ ਕਿ ਪਾਰਟੀ ਸਾਡੀ ਤਾਕੜੀ ਹੋ ਕੇ ਕਿ ਮੈਂ ਆਵੇ ਤੇ ਕੀ ਹੋਣਾ ਕੀ ਨਹੀਂ ਕਰਨਾ ਇਹ ਬਹੁਤ ਬਾਤ ਦੀਆਂ ਗੱਲਾਂ ਮੈਂ ਆਪਣੇ ਬਾਰੇ ਨਹੀਂ ਕਦੇ ਸੋਚਿਆ ਜੀ ਉਮੀਦ ਕਰਦੇ ਹਾਂ ਸਾਡੀ ਸਾਰੀ ਸਾਧ ਸੰਗ ਤੁਹਾਨੂੰ ਦੇਖ ਰਹੀ ਹੈ ਉਮੀਦ ਕਰਦੀ ਹੈ ਕਿ ਪੰਜਾਬ ਦੇ ਵਿੱਚ ਕੁਝ ਨਵਾਂ ਮਾਡਲ ਲੈ ਕੇ ਆਉਂਗੇ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕਰੋਗੇ ਇਸ ਵਾਰ ਕਾਂਗਰਸ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਸਾਡੀਆਂ ਵੀ ਸ਼ੁਭ ਕਾਮਨਾ ਤੁਹਾਡੇ ਨਾਲ ਹੈ ਜੀ ਸੋ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਡੇ ਨਾਲ ਬੀਬੀ ਰਜਿੰਦਰ ਕੌਰ ਭੱਟਲ ਜੀ ਜੁੜੇ ਹੋਏ ਸੀ ਗੱਲਬਾਤ ਕੀਤੀ ਇਸ ਟਾਈਮ ਲਹਿਰਾ ਗਾਗਾ ਦੇ ਵਿੱਚ ਉਮੀਦਵਾਰ ਨੇ ਤਾਂ ਲਹਿਰਾ ਗਾਗਾ ਦਾ ਕੰਪੀਟੀਸ਼ਨ ਵੀ ਵੇਖਣ ਵਾਲਾ ਹੋਵੇਗਾ ਕਿਉਂਕਿ ਪਿਛਲੀ ਵਾਰ ਪਰਮਿੰਦਰ ਸਿੰਘ ਢੀਂਸਾ ਖੜੇ ਸੀ ਤੇ ਕਾਫੀ ਵੋਟਾਂ ਦੀ ਲੀਡ ਦੇ ਨਾਲ ਇੱਥੋਂ ਜਿੱਤੇ ਸੀਗੇ ਤੇ ਹੁਣ ਇਸ ਵਾਰ ਜਿਹੜੇ ਗੱਲ ਕਰ ਲਈ ਫਿਰ ਇੱਕ ਵਾਰ ਜਿਹੜਾ ਆ ਲਹਿਰਾ ਗਾਗਾ ਜਿਹੜਾ ਦੰਗਲ ਆ ਮੈਦਾਨ ਆ ਜਿਹੜਾ ਚੋਣ ਦਾ ਮੈਦਾਨ ਆ ਉਹ ਪੱਖ ਦਾ ਜਿਹੜਾ ਆ ਨਜ਼ਰ ਆ ਰਿਹਾ ਤੇ ਪਰਵਿੰਦਰ ਸਿੰਘ ਢੀਂਸਾ ਉਹਨਾਂ ਦਾ ਜਿਹੜਾ ਗੱਠ ਜੋੜਾ ਉਹ ਭਾਜਪਾ ਦੇ ਨਾਲ ਹੋ ਚੁੱਕਿਆ ਤਾਂ ਹੁਣ ਦੇਖਣ ਵਾਲਾ ਹੋਵੇਗਾ ਲੋਕ ਉਹ ਕਿੱਧਰਲੇ ਪਾਸੇ ਨੂੰ ਜਾਂਦੇ ਆ ਕਾਂਗਰਸ ਦੇ ਕੰਮਾਂ ਨੂੰ ਕਿੰਨਾ ਪਸੰਦ ਕਰਦੇ ਆ ਚਰਨਜੀਤ ਸਿੰਘ ਚੰਨੀ ਨੇ 3 ਮਹੀਨੇ ਕੰਮ ਕੀਤਾ ਤਾਂ ਉਹਨਾਂ ਕੰਮਾਂ ਨੂੰ ਲੋਕ ਕਿੰਨੀ ਇੱਕ ਹਮਾਇਤ ਦਿੰਦੇ ਆ ਸੋ ਕੈਮਰਾਮੈਨ ਜਸਵੀਰ ਦੇ ਨਾਲ ਅਮਨਦੀਪ ਸਿੰਘ ਗੜੀ ਸਿੱਖ ਚੈਨਲ ਯੂਕੇ